ਈਸਾ ਬੰਦਾਂ ਬਰਪਾਰ ਜਗਦੀ ਈਸਾ ਹਮਦੇ ਸ਼ਰਾਪ ਗੁਰੂ ਚੁੱਪ ਰਹੇ ਸਭ ਸੰਗਨ ਕੀ ਦਿਸ਼ ਕੋ ਲਹੇ ਦੁਨੀ ਚੰਦ ਕੀ ਸੁਨ ਇਹ ਕਥਾ ਤਹ ਸੰਗ ਬਤੀ ਜਾਏ ਕਰ ਜਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਗਰੀਬ ਨਵਾਜ਼ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਨ ਕਰ ਰਹੇ ਹਾਂ ਦੁਨੀ ਚੰਦ ਨਾਮ ਦਾ ਜੋ ਮਸੰਦ ਹੈ ਜਿਸ ਵੇਲੇ ਸਿੱਖਾਂ ਨੇ ਦੱਸਿਆ ਨਾ ਕਿ ਮਹਾਰਾਜ ਜੀ ਕੇਸਰੀ ਚੰਦ ਰਾਜਾ ਹਾਥੀ ਲੈ ਕੇ ਆ ਰਿਹਾ ਹੈ ਤੇ ਸਤਿਗੁਰੂ ਕਹਿਣ ਲੱਗੇ ਕਿ ਸਾਡੇ ਕੋਲ ਹਾਥੀ ਹੈ ਦੁਨੀ ਚੰਦ ਲੜੇਗਾ ਉਸ ਹਾਥੀ ਦੇ ਨਾਲ ਸਤਗੁਰਾਂ ਦਾ ਇਹ ਬਚਨ ਸੁਣ ਕੇ ਦੁਨੀ ਚੰਦ ਮਸੰਦ ਡਰਿਆ ਮੈਂ ਹਾਥੀ ਨਾਲ ਕਿਵੇਂ ਲੜਾਂਗਾ ਦੌੜ ਗਿਆ ਰਾਤ ਨੂੰ ਕਿਲੇ ਦੀ ਕੰਧ ਟੱਪ ਕੇ ਕੰਧ ਟੱਪਣ ਲੱਗਿਆਂ ਲੱਤ ਟੁੱਟ ਗਈ ਹੈ ਮੰਜੇ ਤੇ ਪਾ ਕੇ ਲੈ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੌਤ ਤੋਂ ਡਰਿਆ ਮੌਤ ਤੋਂ ਭੱਜਿਆ ਮੌਤ ਜਿੱਥੇ ਆਉਣੀ ਹੈ ਉਥੇ ਆ ਹੀ ਜਾਣੀ ਹੈ ਬਚਾ ਕੋਈ ਨਹੀਂ ਸਕਦਾ ਹੈ ਇਤਿਹਾਸ ਬਚਨ ਆਪਾਂ ਕੱਲ ਸਰਵਨ ਕਰ ਆਏ ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਆ ਉਹ ਸਰਵਨ ਕਰੀਏ ਮਿਲ ਕੇ ਆ ਕੀਏ ਸਤਨਾਮ ਸ੍ਰੀ ਵਾਹਿਗੁਰੂ ਮੰਦੇ ਸ਼ਰਾਫ ਗੁਰੂ ਚੁੱਪ ਰਹੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮਖੋਂ ਬਚਨ ਨਿਕਲਿਆ ਨਾ ਕਿ ਮੌਤ ਤੋਂ ਭੱਜਿਆ ਤੇ ਮੌਤ ਦੇ ਮੂੰਹ ਵਿੱਚ ਪਵੇਗਾ ਬਚਾ ਨਹੀਂ ਹੋਵੇਗਾ ਜਦੋਂ ਇਹ ਬਚਨ ਆਖਿਆ ਮਹਾਰਾਜ ਜੀਆਂ ਨੇ ਸਾਰੀ ਸੰਗਤ ਸੁਣ ਕੇ ਚੁੱਪ ਕਰ ਗਈ ਹੈ ਦੀਵਾਨ ਦੇ ਵਿੱਚ ਪੂਰਾ ਸਨਾਟਾ ਸਾਇਆ ਹੋਇਆ ਹੈ ਕੋਈ ਵੀ ਬੋਲਦਾ ਨਹੀਂ ਸਾਰੇ ਚੁੱਪ ਕੀਤੇ ਹੋਏ ਹਨ ਸਭ ਸਿੰਘਨ ਕੀ ਦਿਸ਼ਕੋ ਲਹੇ ਅਤੇ ਮਹਾਰਾਜ ਜੀਆ ਨੇ ਸਾਰਿਆਂ ਦੇ ਵੱਲ ਵੇਖਿਆ ਜਿੰਨੇ ਦੀਵਾਨ ਵਿੱਚ ਬੈਠੇ ਨਾ ਮਹਾਰਾਜ ਦੇ ਸੂਰਮੇ ਖਾਲਸਾ ਫੌਜ ਸਤਿਗੁਰੂ ਸਾਰਿਆਂ ਦੇ ਵੱਲ ਵੇਖਦੇ ਹਨ ਦੁਨੀ ਚੰਦ ਕੀ ਸੁਨਿਆ ਕਥਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਕੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਕੀ ਹੋਵੇਗਾ ਇਹ ਆਪਾਂ ਬਾਅਦ ਵਿੱਚ ਸਰਵਨ ਕਰਾਗੇ ਪਰ ਜਿਹੜਾ ਦੁਨੀ ਚੰਦ ਦੌੜਿਆ ਨਾ ਰਾਤ ਨੂੰ ਇਹਦੇ ਨਾਲ ਕੀ ਹੋਇਆ ਇਹਦੀ ਮੌਤ ਕਿਵੇਂ ਹੋਈ ਦੁਨੀ ਚੰਦ ਮਸੰਦ ਦੀ ਕਹਿਣ ਲੱਗੇ ਪਹਿਲਾ ਤੁਹਾਨੂੰ ਉਹ ਸਰਵਨ ਕਰਵਾਉਂਦੇ ਹਾਂ ਕਿ ਕੰਦ ਤੋਂ ਟੱਪ ਕੇ ਲੱਤ ਤੇ ਟੜਵਾਈ ਹੈ ਆਪਣੇ ਘਰ ਨੂੰ ਤੇ ਤੁਰਿਆ ਜਾਂਦਾ ਹੈ ਆਓ ਬਾਕੀ ਦਾ ਰਹਿੰਦਾ ਵੀ ਪ੍ਰਸੰਗ ਪੂਰਾ ਕਰੀਏ ਕੇਸ ਦੁਨੀ ਚੰਦ ਦੀ ਫਿਰ ਮੌਤ ਕਿਵੇਂ ਹੁੰਦੀ ਹੈ ਤਹ ਸੰਗ ਬਤੀ ਜਾਏ ਕਰ ਜਥਾ ਘਰੇ ਜਾ ਕੇ ਇਹਦੇ ਨਾਲ ਕੀ ਹੋਇਆ ਆਨੰਦਪੁਰ ਸਾਹਿਬ ਤੋਂ ਤੇ ਦੌੜ ਗਿਆ ਹੈ ਵੀ ਇੱਥੇ ਤੇ ਮੌਤ ਆ ਜਾਣੀ ਹੈ ਕੱਲ ਨੂੰ ਮਰ ਜਾਣਾ ਹੈ ਆਪਣੇ ਘਰ ਨੂੰ ਤੇ ਜਾਂਦਾ ਪਿਆ ਪਰ ਘਰੇ ਜਾ ਕੇ ਇਹਦੇ ਨਾਲ ਵਰਤ ਵਿਲਾਪ ਵਰਤ ਵਰਤਾਵ ਕਿਹੋ ਜਿਹਾ ਹੋਇਆ ਹੈ ਕਿਵੇਂ ਮੌਤ ਨੂੰ ਪ੍ਰਾਪਤ ਹੋਇਆ ਉਹ ਬਚਨ ਆਪਾਂ ਹੁਣ ਸਰਵਨ ਕਰਦੇ ਹਾਂ ਮੰਚ ਪਾਏ ਸਿਰ ਲਿਓ ਉਠਾਏ ਜਿਹੜੇ ਇਹਦੇ ਨਾਲ ਦੇ ਸਾਥੀ ਸਨ ਇਸ ਦੀ ਲੱਤ ਟੁੱਟੀ ਹੋਣ ਕਰਕੇ ਇਸ ਨੂੰ ਮੰਝੇ ਤੇ ਪਾ ਕੇ ਤੇ ਮੰਝਾ ਮੋਢਿਆਂ ਤੇ ਚੱਕ ਕੇ ਉਹ ਅੰਮ੍ਰਿਤਸਰ ਪਹੁੰਚੇ ਹਨ ਟੁੱਟੀ ਤੰਗ ਹਾਏ ਬਿਲ ਲਾਏ ਤੰਗ ਟੁੱਟੀ ਹੋਈ ਹੈ ਲੱਤ ਟੁੱਟੀ ਹੋਈ ਹੈ ਜਦੋਂ ਮੰਝਾ ਹਿੱਲਦਾ ਹੈ ਮੰਝੇ ਉੱਤੇ ਪਿਆ ਮਸੰਦ ਵੀ ਹਿੱਲਦਾ ਹੈ ਲੱਤ ਹਿਲਣ ਦੇ ਨਾਲ ਪੀੜ ਹੁੰਦੀ ਹੈ ਹਾਏ ਹਾਏ ਕਰਦਾ ਹੈ ਹਾਏ ਹਾਏ ਕਰਦਾ ਮੰਜੇ ਦੇ ਉੱਪਰ ਪਿਆ ਹੋਇਆ ਹੈ ਸ੍ਰੀ ਅੰਮ੍ਰਿਤਸਰ ਪਹੁੰਚੇ ਜਾਈ ਇਸ ਤਰ੍ਹਾਂ ਇਹਦੇ ਜਿਹੜੇ ਚੇਲੇ ਸਨ ਜਾਂ ਸੇਵਕ ਸਨ ਇਸ ਮਸੰਦ ਨੂੰ ਚੁੱਕ ਕੇ ਅੰਮ੍ਰਿਤਸਰ ਪਹੁੰਚ ਗਿਆ ਅਨੰਪੁਰ ਸਾਹਿਬ ਤੋਂ ਚੱਲੇ ਲੱਤ ਟੁੱਟੀ ਆ ਤੁਰਿਆ ਨਹੀਂ ਜਾਂਦਾ ਮੰਜੇ ਦੇ ਉੱਪਰ ਲੰਮੇ ਪਾ ਕੇ ਤੇ ਚਾਰ ਬੰਦਿਆਂ ਨੇ ਮੰਜਾ ਚੁੱਕਿਆ ਵਾਰੀ-ਵਾਰੀ ਉਹ ਬੰਦੇ ਬਦਲਦੇ ਰਹਿੰਦੇ ਇਸ ਮਸੰਦ ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਹਨ ਬਰਿਓ ਸਦਨ ਆਪਣੇ ਉਤਰਾਈ ਤੇ ਜਦੋਂ ਇਸ ਮਸੰਦ ਦੇ ਘਰੇ ਗਏ ਘਰੇ ਜਾ ਕੇ ਉਹਨਾਂ ਸੇਵਾਦਾਰਾਂ ਨੇ ਇਹਦਾ ਮੰਝਾ ਜਾ ਕੇ ਵਿਹੜੇ ਵਿੱਚ ਰੱਖ ਦਿੱਤਾ ਮੰਝੇ ਦੇ ਉੱਪਰ ਇਹ ਮਸੰਦ ਪਿਆ ਹੋਇਆ ਮਨ ਮਹਿ ਕਹੈ ਮਿਲਨ ਸਿਖ ਆਵੇਂ ਮਨ ਵਿੱਚ ਸੋਚਦਾ ਹੈ ਕਿ ਮੇਰੇ ਸੱਟ ਲੱਗ ਗਈ ਹੈ ਤੇ ਮੇਰਾ ਮੰਝਾ ਹੁਣ ਪਿੰਡ ਪਹੁੰਚ ਗਿਆ ਹੈ ਹੁਣ ਲੋਕ ਮੈਨੂੰ ਮਿਲਣ ਆਉਣਗੇ ਕਿਉਂਕਿ ਮੈਂ ਮਸੰਦ ਆ ਨਾ ਵੱਡਾ ਮੈਂ ਜਥੇਦਾਰ ਇਲਾਕੇ ਵਿੱਚ ਪਤਾ ਲੱਗੇਗਾ ਵੀ ਮੈਂ ਆਇਆ ਹਾਂ ਲੋਕ ਮੈਨੂੰ ਮਿਲਣ ਆਉਣਗੇ ਮੇਰਾ ਹਾਲ ਚਾਲ ਪੁੱਛਣਗੇ ਮੇਰੇ ਨਾਲ ਗੱਲਬਾਤ ਆ ਕੇ ਕਰਨਗੇ ਭੱਜੋ ਸੁਣ ਕੇ ਮੋਹਿ ਲ ਜਾਵੇ ਤੇ ਜੇ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਮੈਂ ਭੱਜ ਕੇ ਆਇਆ ਹਾਂ ਪੁੱਛਣਗੇ ਤੇ ਹੈਗਾ ਨਾ ਮੈਨੂੰ ਆ ਕੇ ਵੀ ਤੂੰ ਮਸੰਦਾ ਆਨੰਦਪੁਰ ਸਾਹਿਬ ਤੇ ਜੰਗ ਚੱਲਦਾ ਪਿਆ ਤੂੰ ਕਿਵੇਂ ਆਇਆ ਤੇ ਕਿਉਂ ਆਇਆ ਤੇ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਤੇ ਭੱਜ ਕੇ ਆਇਆ ਤੇ ਫੇਰੇ ਗੱਲ ਸੁਣ ਕੇ ਮੈਨੂੰ ਬੜੀ ਸ਼ਰਮ ਆਉਣੀ ਹੈ। ਜਾਂ ਤੇ ਨਿਜ ਸੰਬੰਧੀਆਂ ਕਹਿਓ। ਇਸ ਕਰਕੇ ਆਪਣੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਹੈ। ਝੋਟ ਲੱਗੀ ਮੈਂ ਬਹੁਤ ਦੁੱਖ ਲਹਿਓ। ਇਸ ਨੇ ਇਹ ਨਹੀਂ ਦੱਸਿਆ ਵੀ ਮੈਂ ਭੱਜ ਕੇ ਆਇਆ ਤੇ ਤਾਂ ਲੱਤ ਟੁੱਟੀ ਹੈ। ਰਿਸ਼ਤੇਦਾਰਾਂ ਨੂੰ ਕਹਿਣ ਲੱਗਾ ਮੈਂ ਤੁਰਿਆ ਜਾਂਦਾ ਸੀ ਮੇਰੇ ਚੋਟ ਲੱਗ ਗਈ ਹੈ। ਮੇਰੇ ਸੱਟ ਲੱਗ ਗਈ ਹੈ। ਕਰਕੇ ਅੰਤਰਮੰਚ ਦੱਸਾ ਵਹੁ। ਅਤੇ ਮੇਰਾ ਜਿਹੜਾ ਮੰਝਾ ਹੈ ਨਾ ਇਹ ਘਰ ਦੇ ਅੰਦਰ ਢਾਓ ਬਾਹਰ ਵਿਹੜੇ 'ਚ ਨਾ ਰੱਖੋ ਵਿਹੜੇ 'ਚ ਮੰਜਾ ਰਵੇਗਾ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਮੈਂ ਆ ਗਿਆ ਫਿਰ ਲੋਕ ਪੁੱਛਣਗੇ ਆ ਕੇ ਵੀ ਕਿਉਂ ਆ ਗਿਆ ਲੋਕਾਂ ਨੂੰ ਪਤਾ ਲੱਗਣਾ ਵੀ ਮੈਂ ਭੱਜ ਕੇ ਆ ਗਿਆ ਮੇਰੀ ਬਦਨਾਮੀ ਹੋਵੇ ਆਪਣੀ ਬਦਨਾਮੀ ਤੋਂ ਬਚਣ ਵਾਸਤੇ ਕਹਿਣ ਲੱਗਾ ਮੇਰਾ ਮੰਜਾ ਅੰਦਰਲੇ ਕਮਰੇ 'ਚ ਢਾਓ ਜਿਹੜਾ ਕਮਰੇ ਦੇ ਅੱਗੇ ਕਮਰਾ ਬਣਿਆ ਉਹਨਾਂ ਢੇਰ ਕੋਠੜੀ ਉਸ ਕਮਰੇ ਵਿੱਚ ਮੇਰਾ ਮੰਜਾ ਢਾ ਦੇਓ ਤਾਂ ਕਿ ਪਤਾ ਨਾ ਲੱਗੇ ਕਿਸੇ ਨੂੰ ਵੀ ਮੈਂ ਆਇਆ ਹਾਂ ਮੋ ਠਿਗ ਬਹੁਤ ਨਾ ਬਹ ਜਾਵੋ ਤੇ ਦੂਜੀ ਗੱਲ ਇਹ ਹੈ ਵੀ ਮੇਰੇ ਕੋਲ ਕੋਈ ਨਾ ਆਵੇ ਜਿਹੜਾ ਬਾਹਰੋਂ ਬੰਦਾ ਆ ਰਿਹਾ ਉਹਨੂੰ ਤੁਸੀਂ ਕਹਿਣਾ ਵੀ ਮਸੰਦ ਘਰੇ ਹੀ ਨਹੀਂ ਕੋਈ ਬਾਹਰੋਂ ਨਾ ਮਿਲੇ ਜਿਹੜੇ ਘਰ ਦੇ ਮੈਂਬਰ ਨੇ ਉਹ ਵੀ ਮੇਰੇ ਕੋਲ ਨਾ ਆਉਣ ਜਦੋਂ ਕਿਤੇ ਪ੍ਰਸ਼ਾਦਾ ਪਾਣੀ ਛਕਾਉਣਾ ਉਦੋਂ ਹੀ ਤੁਸੀਂ ਆਉਣਾ ਹੈ ਉਸ ਤਰ੍ਹਾਂ ਮੇਰੇ ਕੋਲ ਕੋਈ ਨਾ ਆਵੇ ਮੈਨੂੰ ਆਰਾਮ ਕਰਨ ਵਾਸਤੇ ਮੰਜੇ ਤੇ ਪਉਣਾ ਕਰੋ ਪਲੋਂ ਨਾ ਪਾਵੇ ਮਿਲਣੋਂ ਮੋਹੀ ਅਤੇ ਮੈਨੂੰ ਮਿਲਣਾ ਚੰਗਾ ਨਹੀਂ ਲੱਗਦਾ ਹੈ ਮੇਰਾ ਇਸ ਵੇਲੇ ਮਨ ਬੜਾ ਉਦਾਸ ਹੈ ਮੈਂ ਬੜਾ ਦੁਖੀ ਹਾਂ ਇਸ ਵੇਲੇ ਕੋਈ ਮੈਨੂੰ ਆ ਕੇ ਮਿਲਦਾ ਮੈਨੂੰ ਉਹ ਚੰਗਾ ਨਹੀਂ ਲੱਗਦਾ ਹੈ ਅੰਤਰ ਰਹਿਓ ਤੂਸ਼ਨੀ ਹੋਹੀ ਮੈਂ ਅੰਦਰ ਜਾ ਕੇ ਮੰਜੇ ਤੇ ਪੈਣ ਲੱਗਾ ਹਾਂ ਜਾਂ ਮੇਰਾ ਮੰਜਾ ਚੁੱਕ ਕੇ ਅੰਦਰ ਰੱਖ ਦਿਓ ਮੈਂ ਅੰਦਰ ਜਾ ਕੇ ਲੰਮੇ ਪਵਾਂਗਾ ਮੇਰੇ ਕੋਲ ਬਹੁਤਾ ਸ਼ੋਰ ਸ਼ਰਾਬਾ ਨਹੀਂ ਕਰਨਾ ਹੈ ਮੇਰੇ ਕੋਲ ਕੋਈ ਬੋਲੇ ਚੱਲੇ ਨਾ ਨਾ ਹੀ ਮੇਰੇ ਬਾਰੇ ਕਿਸੇ ਨੂੰ ਦੱਸਣਾ ਹੈ ਕਿ ਮੈਂ ਆ ਗਿਆ ਹਾਂ ਇਹ ਸਾਰੀਆਂ ਗੱਲਾਂ ਮਸੰਦ ਨੇ ਆਪਣੇ ਧੀਆ ਪੁੱਤਰਾ ਨੂੰ ਖਾਸ ਜਿਹੜੇ ਸਾਖ ਸੰਬੰਧੀ ਨੇ ਉਹਨਾਂ ਨੂੰ ਆਖੀਆਂ ਹਨ ਇਹ ਨੂੰ ਸੁਣ ਕੇ ਤਿਸ ਪੋਤਰੇ ਦੋਏ ਇਹਦੇ ਦੋ ਪੁੱਤਰੇ ਸਨ ਮਸੰਦ ਦੇ ਜਦੋਂ ਉਹਨਾਂ ਨੇ ਸੁਣਿਆ ਵੀ ਸਾਡਾ ਦਾਦਾ ਇਹ ਗੱਲ ਕਹਿ ਰਿਹਾ ਕਿ ਮੇਰਾ ਮੰਝਾ ਚੋਕੇ ਅੰਦਰਲੇ ਕਮਰੇ ਚ ਰੱਖ ਦਿਓ ਤੇ ਬਾਹਰ ਕਿਸੇ ਨੂੰ ਦੱਸੋ ਨਾ ਜਦੋਂ ਪੋਤਰਿਆਂ ਨੇ ਬਚਨ ਸੁਨੇ ਹਨ ਅੰਦਰ ਜਾਏ ਪਵਾਇਓ ਸੋਏ ਉਹਨਾਂ ਨੇ ਚੁਕਿਆ ਮੰਜਾ ਇਹਦਾ ਦੋ ਪੁੱਤਰੇ ਸਨ ਜਵਾਨ ਮੰਜਾ ਚੁਕਿਆ ਦੋਨਾਂ ਜਾਣਿਆਂ ਨੇ ਵਿਹੜੇ ਦੇ ਵਿੱਚੋਂ ਤੇ ਚੁਕ ਕੇ ਅੰਦਰ ਲੈ ਗਏ ਜਿਹੜੇ ਕਮਰੇ 'ਚ ਹੰਡੇਰਾ ਹੈ ਬੜੀ ਸ਼ਾਂਤੀ ਹੈ ਉਸ ਕਮਰੇ ਵਿੱਚ ਜਾ ਕੇ ਮੰਜਾ ਰੱਖਿਆ ਹੈ ਸੁਣ ਸੁਣ ਸਭ ਕੇ ਬਹੁ ਅਪਵਾਦਾ ਕਹਿਣ ਲੱਗੇ ਸੁਣ ਸੁਣ ਕੇ ਸਾਰਿਆਂ ਦੇ ਜਦੋਂ ਜਦੋਂ ਕਿਸੇ ਨੂੰ ਪਤਾ ਲੱਗਾ ਵੀ ਇਹ ਮਸੰਦ ਜਿਹੜਾ ਹੈ ਅੰਮ੍ਰਿਤਸਰ ਤੋਂ ਆ ਗਿਆ ਹੈ ਹਣ ਸੁਣ ਕੇ ਫਿਰ ਉਸ ਵੇਲੇ ਗੁਰ ਤਜ ਭਾਗਿਓ ਜਾਨ ਵਿਖਾਦਾ ਹੁਣ ਗੁਰਮੁਖੋ ਗੱਲ ਜਿਹੜੀ ਐ ਨਾ ਉਹ ਛੁਪੀ ਨਹੀਂ ਰਹਿੰਦੀ ਹੈ ਗੱਲ ਤੇ ਕਿਵੇਂ ਨਾ ਕਿਵੇਂ ਬਾਹਰ ਨਿਕਲ ਜਾਣੀ ਹੈ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੇਗਾ ਵੀ ਇਹ ਮਹਾਰਾਜ ਨੂੰ ਛੱਡ ਕੇ ਭੱਜਾ ਹੈ ਓਵੇਂ ਓਵੇਂ ਨੰਦਿਆ ਹੋਣੀ ਹੈ ਉਸਤਨ ਲਾਓ ਗੁਰ ਘਰ ਕੇ ਪਾਰੇ ਅਤੇ ਇਹ ਪੁਸ਼ਤਾ ਤੋਂ ਗੁਰੂ ਘਰ ਦੇ ਪਾਲੇ ਹੋਏ ਜਦੋਂ ਲੋਕਾਂ ਨੂੰ ਪਤਾ ਲੱਗਾ ਨਾ ਵੀ ਇਹ ਮਹਾਰਾਜ ਨੂੰ ਛੱਡ ਕੇ ਆ ਗਿਆ ਵਿਪਤਾ ਦੇ ਵਿੱਚ ਰਾਤ ਨੂੰ ਗੁਰਮੁਖੋ ਰਾਤ ਨੂੰ ਕੰਧ ਟੱਪਿਆ ਕਿਲੇ ਦੀ ਕੰਧ ਬੜੀ ਉੱਚੀ ਹੈ ਟੱਪਿਆ ਕੰਧ ਤੇ ਲੱਤ ਟੁੱਟ ਗਈ ਹੁਣ ਦੱਸ ਨਹੀਂ ਸਕਦਾ ਵੀ ਮੈਂ ਮੌਤ ਤੋਂ ਡਰਦਾ ਭੱਜਿਆ ਪਰ ਗੱਲ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਲੋਕਾਂ ਨੂੰ ਪਤਾ ਲੱਗੀ ਤੇ ਲੋਕ ਕਹਿਣ ਲੱਗ ਪਏ ਕਹਿਣ ਲੱਗਿਓ ਤੁਹਾਨੂੰ ਸ਼ਰਮ ਨਾ ਆਈ ਭੱਜਣ ਲੱਗਿਆ ਤੁਸੀਂ ਪੁਸ਼ਤਾਂ ਤੋਂ ਲੈ ਕੇ ਗੁਰੂ ਘਰ ਦੇ ਵਿੱਚ ਪਲਦੇ ਪਿਓ ਗੁਰੂ ਘਰ ਤੁਹਾਨੂੰ ਪਾਲਦਾ ਪਿਆ ਗੁਰੂ ਘਰ ਦੇ ਤੁਸੀਂ ਸੇਵਾ ਕਰਕੇ ਤੇ ਪ੍ਰਸ਼ਾਦਾ ਛਕਦੇ ਹੋ ਅੱਜ ਗੁਰੂ ਘਰ ਤੇ ਵਿਵਪਤਾ ਪਈ ਐ ਤੇ ਭੱਜ ਕੇ ਆ ਗਏ ਲੋਕ ਐਸੀਆਂ ਗੱਲਾਂ ਆਖਦੇ ਹਨ ਓ ਬਿਰਧ ਮਿਰਤ ਕੋ ਡਰ ਧਾਰੇ ਤੇ ਤੂੰ ਬੁੱਢਾ ਹੋ ਗਿਆ ਹੈ ਲੋਕ ਇਹ ਵੀ ਗੱਲ ਕਹਿੰਦੇ ਕਹਿਣ ਲੱਗੇ ਓ ਮਸੰਦਾ ساری ਉਮਰਾਂ ਤੂੰ ਖਾ ਲਿਆ ਪੀ ਲਿਆ ਮੌਜ ਲਿਆ ਮਰਨਾ ਤੇ ਹੈ ਅੱਜ ਨਹੀਂ ਤੇ ਕੱਲ ਤੇ ਤੂੰ ਤੇ ਫਿਰ ਵੀ ਬੁੱਢਾ ਹੋ ਗਿਆ ਹੈ ਹੁਣ ਇਦੋਂ ਗਾਂ ਕਿਹੜਾ ਜਵਾਨੀ ਆਉਣੀ ਐ ਹੋਰ 50-70 ਸਾਲਾਂ ਨੂੰ ਵੈਸੇ ਹੀ ਮਰ ਜਾਣਾ ਹੈ ਤੇ ਜਿਹੜਾ 5-7 ਸਾਲਾਂ ਨੂੰ ਮਰਣਾ ਉਹਦੇ ਨਾਲੋਂ ਚੰਗਾ ਤੇ ਹੁਣ ਜੰਗ ਵਿੱਚ ਮਰਦਾ ਅਮਰ ਹੋ ਜਾਂਦਾ ਮੁਕਤ ਹੋ ਜਾਂਦਾ ਤੈਨੂੰ ਬੁੱਢੇ ਬਾਰੇ ਵੀ ਆਪਣੇ ਸਰੀਰ ਦੇ ਨਾਲ ਬੋਹ ਹੈ ਜੋ ਦੌੜ ਕੇ ਘਰ ਨੂੰ ਭੱਜਿਆ ਹੈ ਸਿੱਖ ਸੱਲੋਕਾਂ ਨਾਮ ਗਵਾਇਓ ਤੂੰ ਆਪਣੇ ਦਾਦੇ ਦਾ ਨਾਮ ਖਰਾਬ ਕਰ ਦਿੰਦਾ ਹੈ ਦੁਨੀ ਚੰਦ ਦੇ ਦਾਦੇ ਦਾ ਨਾਮ ਹੈ ਭਾਈ ਛੱਲੋ ਜੀ ਭਾਈ ਛੱਲੋ ਜੀ ਨਾਮ ਸੀ ਉਹਨਾਂ ਦਾ ਔਰ ਬ੍ਰਹਮ ਗਿਆਨੀ ਉਹ ਸਿੱਖ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਜੀਆਂ ਦੇ ਤੇ ਲੋਕ ਆ ਕੇ ਆਖਦੇ ਕਹਿਣ ਲੱਗੇ ਤੂੰ ਤੇ ਦਾਦੇ ਦੇ ਨਾਮ ਨੂੰ ਖਰਾਬ ਕਰ ਦਿੱਤਾ ਦਾਦੇ ਦੇ ਨਾਮ ਨੂੰ ਦਾਗ ਲਾਇਆ ਹੈ ਗੁਰ ਆਗੈ ਰਹਿ ਬਹੁਤ ਸੁਖ ਪਾਇਓ ਜੇ ਤੂੰ ਗੁਰੂ ਘਰ ਦੇ ਨਾਲ ਰਹਿੰਦਾ ਕੋਸ ਰਹਿੰਦਾ ਤੇ ਤੈਨੂੰ ਬੜੇ ਸੁਖ ਮਿਲਨੇ ਸਨ ਜੀਵਨ ਸਦਾ ਅਪਣ ਇਨ ਜਾਨਾ ਪਰ ਇਸ ਮਸੰਦ ਨੇ ਜਿਉਣਾ ਹੀ ਸਮਝਿਆ ਬਸ ਜਿਉਣਾ ਹੀ ਹੈ ਜਿਉਣੇ ਨੂੰ ਆਪਣੀ ਜ਼ਿੰਦਗੀ ਨੂੰ ਮੁੱਖ ਰੱਖਿਆ ਹੈ ਅਬ ਪ੍ਰਭ ਤੇ ਹੋਏ ਗਿਓ ਬਿਰਨ ਤੇ ਹੁਣੇ ਮਹਾਰਾਜ ਤੋਂ ਬਗਾਨਾ ਹੋ ਗਿਆ ਹੈ ਮਹਾਰਾਜ ਨੂੰ ਛੱਡ ਕੇ ਆ ਗਿਆ ਹੈ ਇਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਦਿੱਤਾ ਹੈ ਇਹ ਜਾਨ ਬਚਾ ਕੇ ਅਨੰਪੁਰ ਸਭ ਤੋਂ ਭੱਜਿਆ ਹੈ ਸ੍ਰੀ ਅੰਮ੍ਰਿਤ ਸਰਕੇ ਸਿੱਖ ਆਵੇਂ ਇਸ ਤਰ੍ਹਾਂ ਜਿਹੜੇ ਅੰਮ੍ਰਿਤ ਸਰ ਦੇ ਸਿੱਖ ਨੇ ਆਉਂਦੇ ਹਨ ਮਿਲਹਿ ਨਾ ਕਹਿਸੋ ਮੁਖ ਨਾ ਦਿਖਾਵੈ ਇਸ ਗੱਲ ਦਾ ਡਰ ਹੈ ਮੈਂ ਕਿਸੇ ਨੂੰ ਮਿਲਣਾ ਨਹੀਂ ਹੈ ਮੇਰੇ ਮੱਥੇ 'ਤੇ ਨਾ ਕੋਈ ਲਗੇ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਡਰ ਇਸ ਗੱਲ ਦਾ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਮੈਂ ਭੱਜਿਆ ਕਿਉਂ ਹਾਂ ਇਸ ਕਰਕੇ ਮੈਂ ਕਿਸੇ ਨੂੰ ਮੂੰਹ ਹੀ ਨਾ ਵਿਖਾਵਾਂ ਚੁੱਪ ਕਰਕੇ ਆਪਣੇ ਕਮਰੇ ਵਿੱਚ ਲੰਮੇ ਪੈ ਗਿਆ ਲੱਗੀ ਚੋਟ ਕੋਲੇ ਤੇ ਬਹਾਨਾ ਗੁਰਮਖੋ ਇਹ ਤੇ ਬਹਾਨਾ ਹੈ ਵੀ ਮੈਨੂੰ ਚੋਟ ਲੱਗੀ ਹੈ ਚੋਟ ਨਹੀਂ ਲੱਗੀ ਹੈ ਲੱਤ ਟੁੱਟੀ ਹੈ ਉਹ ਵੀ ਭੱਜਣ ਲੱਗਿਆ ਸ਼ਰਮਿੰਦਗੀ ਦੇ ਮਾਰੇ ਆਪਣਾ ਮੂੰਹ ਨਹੀਂ ਬਾਹਰ ਕਿਸੇ ਨੂੰ ਵਿਖਾ ਸਕਦਾ ਸ਼ਰਮ ਆਉਂਦੀ ਹੈ ਵੀ ਲੋਕਾਂ ਨੂੰ ਕੀ ਕਵਾਂਗਾ ਪਰ ਬਹਾਨਾ ਬਣਾ ਲਿਆ ਆਪਣੀ ਲੱਤ ਦੀ ਚੋਟ ਦਾ ਵੀ ਮੇਰੇ ਤੇ ਚੋਟ ਲੱਗੀ ਹੈ ਮੈਂ ਤੇ ਜਾ ਆ ਨਹੀਂ ਕਿਤੇ ਸਕਦਾ ਚੋਟਦਾ ਤੇ ਕੇਵਲ ਬਹਾਨਾ ਹੈ ਸ਼ਰਮ ਇਸ ਗੱਲ ਦੀ ਹੈ ਵੀ ਦੁਨੀਆ ਨੂੰ ਬਾਹਰ ਕੀ ਕਹਿਣਾ ਹੈ ਪਰ ਉਹ ਮੰਚ ਪਰ ਚਿੰਤ ਮਹਾਨ ਗੁਰਮਖੋ ਮੰਜੇ ਤੇ ਪਿਆ ਹੋਇਆ ਬੜੀ ਚਿੰਤਾ ਹੈ ਭੱਜ ਤੇ ਆਇਆ ਆਨੰਦਪੁਰ ਸਾਹਿਬ ਤੋਂ ਜਾਨ ਬਚਾ ਕੇ ਮੰਜੇ ਤੇ ਪਏ ਹੋਏ ਨੂੰ ਬੜੀ ਚਿੰਤਾ ਹੈ ਬੜੀ ਫਿਕਰ ਹੈ ਅਪਰ ਜੇ ਭੱਜੇ ਸੰਗ ਮਝੈਲ ਹੁਣ ਗੁਰਮਖੋ ਜਿਹੜੇ ਇਹਦੇ ਨਾਲ ਭੱਜ ਕੇ ਆਏ ਜਿੰਨੇ ਨਾਲ ਹੀ ਲੈ ਕੇ ਗਿਆ ਸੀ 100 150 ਬੰਦਾ ਉਹ ਵੀ ਇਹਦੇ ਨਾਲ ਹੀ ਭੱਜ ਕੇ ਆ ਗਏ ਹਨ ਸਭ ਕੋ ਹੋਏ ਠਿਹਾਰ ਇਸ ਗੈਲ ਤੇ ਕਹਿਣ ਲੱਗੇ ਵੀ ਇਹਦੇ ਪਿੱਛੇ ਲੱਗਣ ਕਰਕੇ ਉਹਨਾਂ ਨੂੰ ਵੀ ਲਹਨਤਾ ਪਈਆ ਜਦੋਂ ਆਪੋ ਆਪਣੇ ਘਰਾਂ ਤੇ ਗਏ ਨਾ ਤੇ ਪਰਿਵਾਰਾਂ ਨੇ ਪੁੱਛਿਆ ਵੀ ਕਿਉਂ ਆ ਗਏ ਜੇ ਹੁਣ ਇਹਨੇ ਬੰਦਿਆਂ ਵਿੱਚੋਂ ਕਿਸੇ ਨਾ ਕਿਸੇ ਬੰਦੇ ਨੇ ਤੇ ਗੱਲ ਕਰ ਹੀ ਦਿੱਤੀ ਨਾ ਵੀ ਅਸੀਂ ਅਨੰਦਪੁਰ ਸਾਹਿਬ ਨੂੰ ਛੱਡ ਕੇ ਭੱਜੇ ਆ ਤੇ ਫਿਰ ਲੋਕ ਲਹਨਤਾ ਪਾਉਣ ਲੱਗ ਪਏ ਕਹਿਣ ਲੱਗੇ ਉਹ ਲਹਨਤਾ ਤੁਹਾਨੂੰ ਜੋ ਗੁਰੂ ਨੂੰ ਛੱਡ ਕੇ ਆਏ ਜੇ ਬੜੀਆਂ ਲਾਹਨਤਾਂ ਪੈਂਦੀਆਂ ਹਨ ਖੇਤਕ ਪਛਤਾਪ ਕਰਨ ਤੇ ਕੁਝ ਫਿਰ ਪਛਤਾਪ ਵੀ ਕਰਨ ਲੱਗ ਪਏ ਭੱਜ ਤੇ ਆਏ ਪਰ ਕਈਆਂ ਨੇ ਭੱਜਣ ਤੋਂ ਮਗਰੋਂ ਜਦੋਂ ਲਾਹਨਤਾਂ ਪਈਆਂ ਨਾ ਘਰੋਂ ਆਕੇ ਤੂੰ ਪਛਤਾਉਂਦੇ ਕਹਿਣ ਲੱਗੇ ਅਸੀਂਆਂ ਲਾਹਨਤਾਂ ਨਾਲੋਂ ਤੂੰ ਉੱਥੇ ਮਰ ਜਾਣਾ ਚੰਗਾ ਸੀ ਕੁਝ ਫਿਰ ਬਾਅਦ ਵਿੱਚ ਪਛਤਾਉਂਦੇ ਵੀ ਹਨ ਨਾ ਸੰਗਤ ਮੈਂ ਮੁਖਤ ਕਰਨ ਤੇ ਅਤੇ ਸੰਗਤ ਵਿੱਚ ਆਪਣਾ ਮੂੰਹ ਨਹੀਂ ਵਿਖਾਉਂਦੇ ਚੁੱਪ ਕਰਕੇ ਬੈਠੇ ਹੋਏ ਵੀ ਲੋਕਾਂ ਨੂੰ ਕੀ ਆਖੀਏ ਲੋਕ ਸੱਚੀਆਂ ਗੱਲਾਂ ਕਹਿੰਦੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਸ਼ੁਰੂ ਕਰਿਆ ਤੁਸੀਂ ਜੰਗ ਤੋਂ ਡਰਦੇ ਘਰ ਭੱਜ ਆਏ ਲੋਕ ਐਸੀਆਂ ਗੱਲਾਂ ਕਹਿੰਦੇ ਤੇ ਸ਼ਰਮ ਦੇ ਮਾਰੇ ਫਿਰੇ ਭੱਜੇ ਹੋਏ ਜਿਹੜੇ ਪਘੌੜੇ ਨੇ ਆਪਣਾ ਮੂੰਹ ਨੀਵਾ ਕਰ ਲੈਂਦੇ ਹਾਂ ਅਮਤੇ ਪੂਰੀ ਕਾਰ ਹੋਏ ਗਈ ਕਹਿਣ ਲੱਗੇ ਵੀ ਸਾਡੇ ਤੋਂ ਬੜਾ ਮਾੜਾ ਕੰਮ ਹੋਇਆ ਹੈ ਇਤਕੇ ਗੁਰ ਸਿੱਖੀ ਲੱਗ ਭਈ ਅਤੇ ਮਹਾਰਾਜਿਆਂ ਦੀ ਸਿੱਖੀ ਜਿਹੜੀ ਹੈ ਉਹ ਸਾਡੇ ਵੱਲੋਂ ਛੋਟੀ ਹੋ ਗਈ ਥੋੜੀ ਹੋ ਗਈ ਹੈ ਸੁਭ ਦਿਨ ਬੀਤ ਗयो ਦੁਖ ਪਵਤ ਗੁਰਮਖੋਏ ਸਾਰਾ ਦਿਨ ਮੰਜਾ ਇਹਨੇ ਅੰਦਰ ਡਵਾ ਲਿਆ ਕਿ ਮੇਰਾ ਮੰਜਾ ਅੰਦਰ ਡਾ ਦਿਓ ਮੰਜਾ ਅੰਦਰ ਚਲੇ ਗਿਆ ਮੇਰੇ ਮੱਥੇ ਕੋਈ ਨਾ ਲਗੇ ਮੈਨੂੰ ਬੁਲਾਵੇ ਕੋਈ ਨਾ ਇਸ ਤਰ੍ਹਾਂ ਕਰਦਿਆਂ ਕਰਦਿਆ ਸਾਰਾ ਦਿਨ ਬਤੀਤ ਹੋ ਗਿਆ ਹੈ ਤੂੰ ਮਹਿ ਪਰਉ ਨ ਬਦਰਨ ਦੇ ਖਾਵਤ ਕਹਿਣ ਲੱਗੇ ਆਖਦਾ ਦਰਵਾਜ਼ੇ ਬੰਦ ਕਰ ਦਿਓ ਖਿੜਕੀਆਂ ਵੀ ਬੰਦ ਕਰ ਦਿਓ ਮੈਨੂੰ ਚਾਨਣ ਨਹੀਂ ਚੰਗਾ ਲੱਗਦਾ ਹੈ ਹਨੇਰੇ ਦੇ ਵਿੱਚ ਪਾਉਣਾ ਪਹਿਣਾ ਚਾਹੁੰਦਾ ਕਿ ਮੈਨੂੰ ਕੋਈ ਵੇਖੇ ਨਾ ਹਨੇਰੇ ਵਿੱਚ ਇਹ ਮਸਾਂਦ ਆਪਣੇ ਘਰ ਵਿੱਚ ਪਿਆ ਹੋਇਆ ਹੈ ਹੀ ਜਮਨੀ ਜਬ ਹੂੰ ਆਏ ਕਹਿਣ ਲੱਗੇ ਜਦੋਂ ਰਾਤ ਪੈ ਗਈ ਨਾ ਮਨ ਲੋ ਕੇ 10 12 ਦਾ ਟਾਈਮ ਰਾਤ ਦਾ ਮਸੰਦ ਮੰਜੇ ਤੇ ਪਿਆ ਹੋਇਆ ਹੈ ਉੱਠਿਓ ਤਜਨ ਮਲਕੋ ਤਿਸ ਥਾਂ ਤੇ ਕਹਿਣ ਲੱਗੇ ਵੀ ਉਸ ਵੇਲੇ ਮੰਜੇ ਤੋਂ ਉੱਠਿਆ ਆਪਣੇ ਪੁੱਤਰਿਆਂ ਨੂੰ ਆਵਾਜ਼ ਦੇ ਕੇ ਆਖਿਆ ਮੈਨੂੰ ਸੋਟਾ ਫੜਾਓ ਮੈਂ ਸੋਟੇ ਦਾ ਆਸਰਾ ਲੈ ਕੇ ਤੇ ਬਾਥਰੂਮ ਕਰ ਲਵਾਂ ਪਿਸ਼ਾਬ ਕਰ ਆਵਾਂ ਸੋਟਾ ਫੜ ਕੇ ਹੱਥ ਵਿੱਚ ਸਹਾਰਾ ਲੈ ਕੇ ਸੋਟੇ ਦਾ ਤੇ ਬਾਥਰੂਮ ਕਰਨ ਵਾਸਤੇ ਜਦੋਂ ਆਪਣੇ ਮੰਜੇ ਤੋਂ ਉੱਠ ਕੇ ਅੱਗੇ ਵਧਿਆ ਹੈ ਮੰਚ ਤਰੈ ਜਬ ਪੈਰੇ ਉਤਾਰ ਤੇ ਗੁਰਮੁਖੋ ਅਜੇ ਪਲੰਗੇ ਦੇ ਉੱਪਰ ਹੀ ਬੈਠਾ ਸੀ ਜਦੋਂ ਇਹਨੇ ਪੈਰ ਆਪਣਾ ਥੱਲੇ ਕੀਤਾ ਨਾ ਜੁੱਤੀ ਪਾਉਣ ਵਾਸਤੇ ਇਸ ਮਸੰਦ ਨੇ ਜਿਹੜਾ ਭੱਜਿਆ ਹੈ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਛੱਡ ਕੇ ਆਪਣੇ ਘਰ ਦੇ ਵਿੱਚ ਆ ਕੇ ਮੰਜੇ ਤੇ ਪਿਆ ਹੋਇਆ ਜਦੋਂ ਮੰਜੇ ਤੋਂ ਉੱਠਿਆ ਪੈਰਾਂ ਵਿੱਚ ਜੁੱਤੀ ਪਾਉਣ ਲੱਗਾ ਕਿ ਮੈਂ ਪਿਸ਼ਾਬ ਕਰਨ ਵਾਸਤੇ ਜਾਣਾ ਹੈ ਫਿਰ ਕਹਿੰਦੇ ਉਸ ਵੇਲੇ ਤੋ ਤਹਾਂ ਪੰੰਗ ਬਟਕਾਰਾ ਇਹ ਜਿੱਥੇ ਇਹਦੀ ਜੁੱਤੀ ਪਈ ਆ ਨਾ ਪੈਰਾਂ ਵਾਲੀ ਉੱਥੇ ਇੱਕ ਵੱਡਾ ਸੱਪ ਬੜਾ ਜਰੀਲਾ ਉਹ ਪਹਿਲਾਂ ਹੀ ਬੈਠਾ ਹੋਇਆ ਹੈ ਤੇ ਜਦੋਂ ਇਹ ਮਸੰਦ ਜੁੱਤੀ ਪਾਉਣ ਵਾਸਤੇ ਨੇ ਪੈਰ ਆਪਣਾ ਥੱਲੇ ਲਾਇਆ ਧਰਤੀ ਤੇ ਤੇ ਕਹਿਣ ਲੱਗੇ ਫਿਰ ਉਸ ਵੇਲੇ ਦਬੀ ਪੂਛ ਤੇ ਬਹੁ ਫੂੰਕਾਰਾ ਉੱਥੇ ਸੱਪ ਦੀ ਪੂਛ ਹੈ ਇਹਨੇ ਤੇ ਪੈਰ ਰੱਖਿਆ ਵੀ ਮੇਰੀ ਜੁੱਤੀ ਹੈ ਮੈਂ ਪਾਵਾਂ ਜਦੋਂ ਇਹਨੇ ਪੈਰ ਰੱਖਿਆ ਤਾਂ ਪੈਰ ਰੱਖਿਆ ਗਿਆ ਸੱਪ ਦੀ ਪੂਛ ਤੇ ਜਦੋਂ ਪੂਛ ਤੇ ਪੈ ਰੱਖਿਆ ਤੇ ਸੁੱਤਾ ਸੱਪ ਉੱਠ ਪਿਆ ਤੇਨੇ ਫੁੰਕਾਰਾ ਮਾਰਿਆ ਕਰੀ ਸੱਪ ਨੇ ਉਸ ਵੇਲੇ ਫੁੰਕਾਰਾ ਮਾਰਿਆ ਹੈ ਦਸਿਉ ਤਵ ਕਉਪਿਉ ਉਰ ਭਾਰਾਂ ਅਤੇ ਉਸ ਵੇਲੇ ਸੱਪ ਦੀ ਪੂਛ ਤੇ ਭਾਰ ਪਾਇਆ ਸੱਪ ਨੇ ਪਹਿਲਾਂ ਤੇ ਫੁੰਕਾਰਿਆ ਫਿਰ ਉਹਨੇ ਬੜਾ ਭਿਆਨਕ ਡਾਂਗੇ ਦੀ ਲੱਤ ਦੇ ਉੱਪਰ ਮਾਰਿਆ ਸੱਪ ਨੇ ਕਹਿਣ ਲੱਗੇ ਜਦੋਂ ਡੰਗ ਵਜਾ ਹੈ ਹਾਏ ਹਾਏ ਕਰਨਿਕਸਿਉ ਤਵ ਤੇ ਫਿਰ ਕਾ ਕਰਦਾ ਹਾਏ ਮਾਰਿਆ ਗਿਆ ਹਾਏ ਮਾਰਿਆ ਗਿਆ ਪਹਿਲਾਂ ਤੇ ਪੁੱਤ-ਪੁੱਤਰੀਆਂ ਨੂੰ ਕਹਿੰਦਾ ਸੀ ਵੀ ਮੇਰੇ ਕੋਲ ਨਾ ਆਇਓ ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਮੈਨੂੰ ਇਕੱਲੇ ਨੂੰ ਛੱਡ ਦਿਓ ਮੈਨੂੰ ਇਕਾਂਤ ਚਾਹੀਦੀ ਹੈ ਹੁਣ ਸੱਪ ਲੜਿਆ ਇਕੱਲੇ ਨੂੰ ਹਨੇਰੇ ਵਿੱਚ ਹੁਣ ਬਾਹਰ ਨੂੰ ਤੁਰਿਆ ਆਉਂਦਾ ਨਾਲੇ ਕਰਦਾ ਹਾਏ ਮਰ ਗਿਆ ਹਾਏ ਮਰ ਗਿਆ ਇਸ ਤਰ੍ਹਾਂ ਕਰਦਾ ਬਾਹਰ ਨੂੰ ਤੁਰਿਆ ਹੈ ਦੇਖਤ ਭੇ ਸਬੰਧੀ ਸਵੇ ਜਿਹੜੇ ਬਾਹਰ ਰਿਸ਼ਤੇਦਾਰ ਬੈਠੇ ਸਾਨੇ ਦੇ ਭਰਾ ਜਾਂ ਪੁੱਤਰ ਜਾਂ ਪੋਤਰੇ ਉਨਾ ਸਾਰਿਆਂ ਨੇ ਆਵਾਜ਼ ਸੁਣੀ ਵੀ ਇਹਨੂੰ ਕੀ ਹੋਇਆ ਹੈ ਇਹ ਹਾਏ ਹਾਏ ਕਿਉਂ ਕਰਦਾ ਹੈ ਦੌਰ ਹੈ ਉਪਕਾ ਉਪਚਾਰਨ ਕੋ ਜਿਤ ਕੇ ਸਾਰੇ ਭੱਜ ਪਏ ਇਹਦਾ ਉਪਚਾਰ ਕਰਨ ਵਾਸਤੇ ਪੁੱਛਣ ਵਾਸਤੇ ਬਾਪੂ ਨੂੰ ਕੀ ਹੋਇਆ ਜੋ ਵੀ ਇਹਨੂੰ ਪੀੜ ਦਰਦ ਹੋਈ ਹੈ ਇਹਦਾ ਇਲਾਜ ਕਰੀਏ ਵੈਦ ਹਕੀਮ ਬੁਲਾਈਏ ਸਾਰਾ ਪਰਿਵਾਰ ਹੱਥਾਂ ਪੈਰਾਂ ਦੀ ਪੈ ਗਈ ਇਸ ਨੂੰ ਬਚਾਉਣ ਵਾਸਤੇ ਸਾਰੇ ਦੌੜ ਕੇ ਆਏ ਹਨ ਕਹਾਂ ਹੋਤ ਤਿਸਤੇ ਤਤ ਹਿੰਨ ਤਤ ਸ਼ਿਨ ਹਤ ਕਹਿ ਲੱਗੇ ਵੀ ਹੁਣ ਕੀ ਹੋ ਸਕਦਾ ਹੈ ਸੱਪ ਬੜਾ ਜਰੀਲਾ ਹੈ ਭਜਨ ਨਾਲ ਕੁਝ ਨਹੀਂ ਹੋਣਾ ਹੈ ਕੀ ਬੰਨਾ ਸੀ ਸੱਪ ਲੜਦਿਆਂ ਬਸ ਇੱਕ ਦੋ ਵਾਰੀ ਮੂੰਹੋਂ ਨਿਕਲਿਆ ਵੀ ਹਾਏ ਮਰ ਗਿਆ ਹਾਏ ਮਰ ਗਿਆ ਜਿੰਨੇ ਚਿਰ ਨੂੰ ਪੁੱਤ ਪੋਤਰੇ ਭੱਜ ਕੇ ਗਾਂ ਓਏ ਵੀ ਕੋਈ ਨਾ ਕੋਈ ਯਤਨ ਕਰੀਏ ਇਨੇ ਚਿਰ ਨੂੰ ਮਸੰਦ ਦੇ ਪ੍ਰਾਨ ਨਿਕਲ ਗਏ ਮੌਤ ਨੂੰ ਪ੍ਰਾਪਤ ਹੋ ਗਿਆ ਮਰ ਗਿਆ ਹੈ ਭਈ ਪ੍ਰਭਾਤ ਦਹ ਕਰ ਦਿਨ ਅਤੇ ਜਦੋਂ ਮਰ ਗਿਆ ਫਿਰ ਮੰਝੇ ਤੇ ਪਾ ਦਿੱਤਾ ਮਰੇ ਨੂੰ ਸਵੇਰ ਚੜ੍ਹਿਆ ਰਿਸ਼ਤੇਦਾਰ ਇਕੱਠੇ ਹੋ ਗਿਆ ਮੰਝਾ ਚੁਕਿਆ ਸ਼ਮਸ਼ਾਨ ਵਿੱਚ ਲਿਜਾ ਕੇ ਉਸ ਨੂੰ ਅੱਗ ਲਾ ਦਿੱਤੀ ਸਾੜ ਦਿੱਤਾ ਹੈ ਗੁਰ ਤੇ ਬੇਮੁਖ ਜੀਵਨ ਹੀ ਨ ਕਹਿਣ ਲੱਗੇ ਗੁਰੂ ਤੋਂ ਬੇਮੁਖ ਹੋਇਆ ਭਾਈ ਬੇਮੁਖ ਹੋ ਕੇ ਮਰ ਵੀ ਗਿਆ ਆਪਾਂ ਕਹਾਵਤ ਪੜ੍ਹਦੇ ਹਾਂ ਮੂਸਾ ਡਰਿਆ ਮੌਤ ਉਹ ਅੱਗੇ ਮੌਤ ਖੜੀ ਖੜੀ ਅਨੰਪੁਰ ਸਾਬ ਤੋਂ ਭੱਜਿਆ ਸੀ ਵੀ ਹਾਥੀ ਨਾਲ ਲੜਾਂਗਾ ਤੇ ਹਾਥੀ ਮੈਨੂੰ ਮਾਰ ਦੇਵੇਗਾ ਮੈਂ ਮਰ ਜਾਵਾਂਗਾ ਜ਼ਿੰਦਗੀ ਬਚਾਉਣ ਵਾਸਤੇ ਭੱਜਿਆ ਹੈ ਹਾਥੀ ਤੋਂ ਤੇ ਨਹੀਂ ਮਰਿਆ ਪਰ ਸੱਪ ਲੜ ਕੇ ਮਰਿਆ ਪਰ ਲੜਿਆ ਬੇਮੁਖ ਹੋ ਕੇ ਹੈ ਮਰਿਆ ਬੇਮੁਖ ਹੋ ਕੇ ਹੈ ਕਹਿਣ ਲੱਗੇ ਇਸ ਤਰ੍ਹਾਂ ਇਹ ਬੇਮੁਖ ਹੋ ਕੇ ਜੀਵਨ ਤੋਂ ਖਾਲੀ ਹੋ ਕੇ ਮਰਿਆ ਹੈ ਬਹੁਤ ਅਦੋਗਤ ਪ੍ਰਾਪਤ ਹੋਵਾ ਤੇ ਗੁਰਮਖੋ ਜਿਹੜਾ ਗੁਰੂ ਦੇ ਬਚਨਾਂ ਤੋਂ ਬੇਮੁਖ ਹੋ ਜਾਵੇ ਤੇ ਫਿਰ ਉਹ ਬੰਦਾ ਇਹ ਸੋਚੇ ਵੀ ਮੈਨੂੰ ਮੁਕਤੀ ਮਿਲੇਗੀ ਮੈਂ ਤੇ ਜੰਮਨ ਮਰਨ ਤੋਂ ਮੁਕਤ ਹੋ ਜਾਵਾਂਗਾ ਨਹੀਂ ਉਹ ਅਦੋਗਤੀ ਨੂੰ ਪੈਂਦਾ ਹੈ ਅਦੋਗਤੀ ਉਹ ਹੁੰਦੀ ਹੈ ਗੁਰਮਖੋ ਸਰੀਰ ਨਾ ਮਿਲਣਾ ਆਤਮਾ ਭੜਕਦੀ ਰਵੇ ਉਹਨੂੰ ਕਿਹਾ ਜਾਂਦਾ ਅਦੋਗਤੀ ਹੋ ਜਾਣੀ ਐਸੀ ਭਿਆਨਕ ਮੌਤ ਮਰਿਆ ਗੁਰੂ ਤੋਂ ਭੁਲਾ ਕੇ ਗੁਰੂ ਨੂੰ ਪਿੱਠ ਮੁਖਾ ਕੇ ਸੱਪ ਲੜ ਕੇ ਮੌਤ ਹੋਈ ਹੈ ਅਦੋਗਤੀ ਨੂੰ ਪ੍ਰਾਪਤ ਹੋਇਆ ਅੱਗੇ ਸ਼ਰੀਰ ਵੀ ਨਹੀਂ ਮਿਲਿਆ ਆਤਮਾ ਪ੍ਰੇਤ ਬਣ ਕੇ ਭੂਤ ਬਣ ਕੇ ਭੜਕਦੀ ਹੈ ਕਹਹਿ ਤਿ ਕਾਰਨ ਜਿਨ ਸਿੱਖ ਜੋਵਾ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੂੰ ਪਤਾ ਲੱਗਾ ਨਾ ਗੱਲ ਤੇ ਗੁਰਮਖੋ ਅੱਜ ਨਹੀਂ ਤੇ ਕੱਲ ਪਤਾ ਲੱਗਣੀ ਹੈ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਨਾ ਵੀ ਇਹ ਭੱਜ ਕੇ ਆਇਆ ਆਨੰਦਪੁਰ ਸਾਹਿਬ ਤੋਂ ਮਹਾਰਾਜ ਨੂੰ ਧੋਖਾ ਦੇ ਕੇ ਸਾਰੇ ਹੀ ਲਾਹਣਤਾਂ ਪਾਉਂਦੇ ਸਾਰੇ ਤਰ੍ਹਾਂਾਂ ਪਾਉਂਦੇ ਹਨ ਤਹ ਬਚ ਰਹਿਤ ਵਿਜੈ ਕੋ ਪਾਵਤ ਲੋਕ ਆਖਦੇ ਕਹਿੰਦੇ ਜੇ ਆਨੰਦਪੁਰ ਸਾਹਿਬ ਰਹਿੰਦਾ ਇਹਨੂੰ ਮੌਤ ਨਹੀਂ ਸੀ ਆਉਣੀ ਮਹਾਰਾਜ ਨੇ ਹਾਥੀ ਤੋਂ ਮਰਨ ਨਹੀਂ ਸੀ ਦੇਣਾ ਇਹਨੂੰ ਮਹਾਰਾਜ ਨੇ ਬਚਾ ਲੈਣਾ ਨਾਲੇ ਤੇ ਇਸ ਦੀ ਜ਼ਿੰਦਗੀ ਬਚ ਜਾਣੀ ਸੀ ਆਨੰਦਪੁਰ ਸਾਹਿਬ ਰਹਿ ਕੇ ਨਾਲੇ ਇਸ ਨੂੰ ਜਸ ਮਿਲਣਾ ਸੀ ਵਡਿਆਈ ਮਿਲਣੀ ਸੀ ਵੀ ਦੁਨੀ ਚੰਦ ਮਸੰਦ ਨੇ ਹਾਥੀ ਮਾਰਿਆ ਹੈ ਵੜਿਆਈ ਵੀ ਗਈ ਲਾਨਤਾ ਵੀ ਪਈਆਂ ਜ਼ਿੰਦਗੀ ਵੀ ਨਹੀਂ ਮਿਲੀ ਸਗੋ ਮੌਤ ਹੋ ਗਈ ਹੈ ਐਸਾ ਵੱਡਾ ਘਾਟਾ ਬਣਿਆ ਹੈ ਸਕਲ ਪੰਥ ਦੀਰਘ ਜਸ ਗਾਵਤ ਸਾਰਾ ਪੰਥ ਮਹਾਰਾਜ ਦੇ ਜਸ ਗਾਉਂਦਾ ਹੈ ਪਰ ਜੇ ਇਹ ਅਨੰਦਪੁਰ ਸਾਹਿਬ ਦੇ ਵਿੱਚ ਹਾਥੀ ਨਾ ਲੜ ਪੈਂਦਾ ਸਾਰੇ ਪੰਥ ਨੇ ਇਹਦਾ ਜਸ ਕਰਨਾ ਸੀ ਸਾਰੇ ਪੰਥ ਨੇ ਇਸ ਦੀਆਂ ਵੜਿਆਈਆਂ ਕਰਨੀਆਂ ਸਨ ਮਿਰਤ ਨਾ ਟਰਤ ਬੇਮੁਖ ਹੋਵੇ ਮਰੇ ਆਰ ਗੁਰਮਖੋ ਜਿਹੜੀ ਮੌਤ ਐ ਨਾ ਉਹ ਟਲਦੀ ਨਹੀਂ ਹੈ ਮੌਤ ਆਈ ਹੈ ਬੇਮੁਖ ਹੋ ਕੇ ਇਹ ਮੌਤ ਨੂੰ ਪ੍ਰਾਪਤ ਹੋਇਆ ਹੈ ਬਹੁਤ ਮਤ ਮੰਦ ਨਰਕ ਮੈਂ ਪਰਿਓ ਮੰਦੀ ਮਤ ਵਾਲਾ ਦਰਕਾਂ ਵਿੱਚ ਚਲੇ ਗਿਆ ਨਰਕਾਂ ਨੂੰ ਪ੍ਰਾਪਤ ਹੋਇਆ ਹੈ ਦੋਏ ਪੁੱਤਰੇ ਸੁਣ ਸੁਣ ਅਪਵਾਦਾ ਇਸ ਦੇ ਦੋ ਪੁੱਤਰੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਡੇ ਦਾਦੇ ਨੂੰ ਝੂਟ ਜਿਹੜੀ ਆ ਉਹ ਕੰਨ ਤੋਂ ਟੱਪਣ ਲੱਗਿਆਂ ਲੱਗੀ ਹੈ ਤੇ ਬੇਮੁਖ ਹੋ ਕੇ ਭੱਜਿਆ ਹੈ ਇਹ ਤੇ ਗੁਰੂ ਦਾ ਫਟਕਾਰਿਆ ਹੋਇਆ ਹੈ ਜਦੋਂ ਉਹਦੇ ਪੋਤਰਿਆਂ ਨੂੰ ਪਤਾ ਲੱਗਾ ਹੈ ਨਹੀਂ ਸਹਾਰਤ ਹੋਤ ਬਿਖਾਦਾ ਉਸ ਹਾਰ ਦੇ ਨਹੀਂ ਲੋਕ ਆਖਦੇ ਹੋ ਤੁਹਾਡਾ ਦਾਦਾ ਤੇ ਬੜਾ ਕਲੰਕ ਲਵਾ ਕੇ ਆਇਆ ਤੁਸੀਂ ਤੇ ਕਲੰਕੀ ਦਾਦੇ ਦੇ ਪੁੱਤਰੇ ਹੋ ਤੁਹਾਡਾ ਦਾਦਾ ਤੇ ਭੱਜ ਕੇ ਆਇਆ ਜੰਗ ਮੈਦਾਨ ਵਿੱਚ ਤੁਸੀਂ ਤੇ ਪਘੋੜੇ ਹੋ ਜਦੋਂ ਕਿਤੇ ਬਾਹਰ ਨਿਕਲਦੇ ਲੋਕ ਇਸ ਤਰ੍ਹਾਂ ਮਿਹਣੇ ਦਿੰਦੇ ਜਦੋਂ ਇਹਨਾਂ ਨੂੰ ਮਿਹਣੇ ਮਿਲਦੇ ਹਨ ਨਾਮ ਸਰੂਪ ਸਿੰਘ ਇੱਕ ਕੇਰਾ ਇੱਕ ਦਾ ਨਾਮ ਹੈ ਸਰੂਪ ਸਿੰਘ ਇਹਦੇ ਪੁੱਤਰੇ ਜਿਹੜੇ ਦੋ ਨੇ ਨਾ ਮਸੰਦ ਦੇ ਦੁਨੀ ਚੰਦ ਦੇ ਇੱਕ ਪੁੱਤਰੇ ਦਾ ਨਾਮ ਸਰੂਪ ਸਿੰਘ ਹੈ ਦੁੱਤੀ ਅਨੂਪ ਸਿੰਘ ਤੇ ਸਵੇਰਾ ਦੂਜੇ ਪੁੱਤਰੇ ਦਾ ਨਾਮ ਹੈ ਅਨੂਪ ਸਿੰਘ ਇਹ ਦੋ ਪੁੱਤਰੇ ਸਨ ਭਾਈ ਸਰੂਪ ਸਿੰਘ ਤੇ ਭਾਈ ਅਨੂਪ ਸਿੰਘ ਹਨ ਕਟ ਕਸ ਕੇ ਗੁਰਦਿਸ਼ ਚਲ ਪਰੇ ਇਹਨਾਂ ਨੇ ਫਿਰ ਕਮਰ ਕਸੇ ਕੀਤੇ ਦੋਨਾਂ ਪੁੱਤਰਿਆਂ ਨੇ ਕਹਿਣ ਲੱਗੇ ਦਾਦਾ ਕਲੰਕ ਲਵਾ ਕੇ ਆ ਗਿਆ ਤੇ ਤਾਂ ਕੀ ਹੋਇਆ ਅਸੀਂ ਜਾਵਾਂਗੇ ਗੁਰੂ ਦੀ ਸੇਵਾ ਵਿੱਚ ਅਸੀਂ ਜਾ ਕੇ ਉੱਥੇ ਮਰਾਂਗੇ ਸਾਡਾ ਦਾਦਾ ਤੇ ਭੱਜਿਆ ਸ਼ਹੀਦੀ ਪਾਉਣ ਤੋਂ ਪਰ ਅਸੀਂ ਜਾ ਕੇ ਮਹਾਰਾਜ ਕੋਲ ਸ਼ਹੀਦ ਹੋਵਾਂਗੇ ਇਹ ਜਿਹੜਾ ਕਲੰਕ ਲੱਗਾ ਨਾ ਬੁਇਦਲੀ ਦਾ ਕਾਇਰੀ ਦਾ ਭੱਜਣ ਦਾ ਇਹ ਕਲੰਕ ਹੁਣ ਅਸੀਂ ਜਾ ਕੇ ਧੋਵਾਂਗੇ ਅਸੀਂ ਲੜਾਂਗੇ ਮਹਾਰਾਜ ਦੇ ਨਾਲ ਹੋ ਕੇ ਦੁਸ਼ਮਣ ਦੇ ਨਾਲ ਲੜਦਿਆਂ ਸ਼ਹੀਦੀਆਂ ਪਾਵਾਂਗੇ ਇਸ ਮਸੰਦ ਦੇ ਦੋਨੇ ਪੁੱਤਰੇ ਤਿਆਰ ਹੋਏ ਹਨ ਦੋਸ਼ ਪਿਤਾ ਮਾਂ ਕੋਬੜ ਧਰੇ ਸਾਡੇ ਦਾਦੇ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੂੰ ਪਿੱਠ ਦਿਖਾ ਕੇ ਆਇਆ ਅਸੀਂ ਹੁਣ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ ਜੋ ਮਝੈਲ ਸ਼ਰਦਾ ਧਰ ਮਿਲੇ ਇਹਨਾਂ ਨੇ ਫਿਰ ਪੂਰੇ ਅੰਮ੍ਰਿਤਸਰ ਦੇ ਵਿੱਚ ਢੰਡੋਰਾ ਲਾਇਆ ਆਵਾਜ਼ ਦਵਾਈ ਹੈ ਚੌਕੀਦਾਰ ਨੂੰ ਕਹਿ ਕੇ ਉਹ ਮਾਈ ਭਾਈ ਜਿਨੇ ਜਾਣਾ ਅਨੰਦਪੁਰ ਸਾਹਿਬ ਮਹਾਰਾਜ ਦੀ ਸਹਾਤਾ ਕਰਨ ਵਾਸਤੇ ਜੰਗ ਕਰਨ ਵਾਸਤੇ ਅਸੀਂ ਚੱਲੇ ਆਂ ਆਓ ਸਾਡੇ ਨਾਲ ਜਿਹਨੇ ਸ਼ਹੀਦੀਆਂ ਪਾਉਣੀਆਂ ਤੇ ਜਾਣ ਵਾਸਤੇ ਤਿਆਰ ਹੋ ਜਾਓ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਹੁਕਾ ਦਿੱਤਾ ਕਈ ਸੂਰਮੇ ਇਹਨਾਂ ਦੇ ਨਾਲ ਉਸ ਵੇਲੇ ਤਿਆਰ ਹੋਏ ਹਨ ਲੇਕਰ ਸੰਗ ਅਨੰਦਪੁਰ ਚਲੇ ਤੇ ਇਹ ਲੈ ਕੇ ਨਾਲ ਫਿਰ ਅਨੰਦਪੁਰ ਸਾਹਿਬ ਨੂੰ ਚੱਲ ਪਏ ਹਨ ਦੁਨੀ ਚੰਦ ਕੀ ਐਮਪੀ ਕਥਾ ਇਹ ਭਾਈ ਦੁਨੀ ਚੰਦ ਦੀ ਕਹਾਣੀ ਹੋਈ ਐ ਇਸ ਮਸੰਦ ਦੀ ਕਥਾ ਆਪਾਂ ਕਈ ਦਿਨਾਂ ਤੋਂ ਸਰਵਨ ਕਰਦੇ ਆ ਰਹੇ ਹਾਂ ਪਰ ਇਹ ਮਸੰਦ ਇਸ ਤਰ੍ਹਾਂ ਫਿਰ ਗੁਰੂ ਪਾਤਸ਼ਾਹ ਤੋਂ ਬੇਮੁਖ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਹਾਥੀ ਦੇ ਕੋਲੋਂ ਤੈਨੂੰ ਜਿੱਤ ਪ੍ਰਾਪਤ ਕਰਵਾਵਾਂਗੇ ਪਰ ਬਚਨਾਂ ਤੇ ਭਰੋਸਾ ਨਹੀਂ ਆਇਆ ਹਾਥੀ ਦੇ ਲੜਨ ਤੋਂ ਡਰਿਆ ਅਤੇ ਭੱਜ ਪਿਆ ਘਰੇ ਆ ਕੇ ਸੱਪ ਲੜਿਆ ਤੇ ਮਰ ਗਿਆ ਕਹਿਣ ਲੱਗੇ ਇਸ ਤਰ੍ਹਾਂ ਇਹਨੇ ਕਲੰਕ ਲਵਾਇਆ ਮੌਤ ਨੂੰ ਪ੍ਰਾਪਤ ਹੋਇਆ ਹੈ ਇਹ ਭਾਈ ਦੁਨੀ ਚੰਦ ਦੀ ਕਥਾ ਆਪਾਂ ਮਸੰਦ ਦੀ ਸਰਵਣ ਕੀਤੀ ਹੈ ਕਲਗੀ ਧਰ ਕੀ ਸੁਣੀ ਹੈ ਜਥਾ ਗੁਰਮੁਖੋ ਆਓ ਤੁਹਾਨੂੰ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਥਾ ਸੁਣਾਈਏ ਕਿਉਂਕਿ ਹਾਤੀ ਤੇ ਅਜੇ ਉਧਰ ਵੀ ਤਿਆਰ ਹੋ ਗਿਆ ਨਾ ਜੰਗ ਲੜਨ ਵਾਸਤੇ ਅਜੇ ਉਹ ਖੇਡ ਖਤਮ ਨਹੀਂ ਹੋਈ ਹੈ ਕਹਿੰਦੇ ਆਓ ਫਿਰ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸਰਵਨ ਕਰੀਏ। ਸੁਤਹਿ ਲੋਗੜ ਦਿਸ਼ਾ ਤੋਂ ਫੰਗ ਅਤੇ ਲੋਗੜ ਦਾ ਕਿਲਾ ਜਿਸ ਪਾਸੇ ਹੈ ਉੱਥੇ ਬਹੁਤ ਜ਼ਿਆਦੀਆਂ ਬਦੂਕ ਵਿੱਚੋਂ ਗੋਲੀਆਂ ਚੱਲ ਰਹੀਆਂ ਹਨ। ਕਿ ਮੋਰਚੇ ਨਿਕਟਨ ਸੰਗ ਤੇ ਇਹ ਜਿਹੜੇ ਦੁਸ਼ਮਣ ਨੇ ਪਹਾੜੀ ਰਾਜੇ ਆਪੂ ਆਪਣੀਆਂ ਫੌਜਾਂ ਲੈ ਕੇ ਲੋਗੜ ਦੇ ਕਿਲੇ ਦੇ ਕੋਲ ਪਹੁੰਚ ਗਏ ਹਨ। ਅਨਿਕ ਅਨੇ ਸ਼ੈਲਿੰਦਰਨ ਕੇਰੀ ਇਹਨਾਂ ਰਾਜਿਆਂ ਦੀ ਪਹਾੜੀ ਰਾਜਿਆਂ ਦੀ ਬੜੀ ਵੱਡੀ ਫੌਜ ਹੈ। ਵੱਡੀ ਫੌਜ ਲੈ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਜਾਂ ਆਪਾਂ ਕਹਿ ਇਹ ਕਿ ਲੋਗੜ ਦੇ ਕਿਲੇ ਨੂੰ ਘੇਰਾ ਪਾਉਣ ਵਾਸਤੇ ਵਧੇ ਹਨ ਕਾਲੇ ਹਜ਼ੂਰ ਸਭਨ ਤੇ ਸਬੇਰੀ ਸਾਰਿਆਂ ਨੇ ਉਸ ਵੇਲੇ ਪਹਾੜੀ ਰਾਜੇ ਬਾਈ ਇਹਨਾਂ ਦੀ ਗਿਣਤੀ ਹੈ ਐਸੇ ਜਿਹੜੇ ਰਾਜੇ ਨੇ ਵੱਡੀ ਫੌਜ ਲੈ ਕੇ ਕਿਲੇ ਦੇ ਉੱਪਰ ਕਬਜ਼ਾ ਕਰਨ ਵਾਸਤੇ ਵਧੇ ਹਨ ਅੱਜ ਗੜੀ ਕੋਲੋਂ ਛੁਟਾਏ ਇਹ ਰਾਜੇ ਸੋਚਦੇ ਨੇ ਵੀ ਅੱਜ ਗੜੀ ਇਹ ਜਿਹੜਾ ਕਿਲਾ ਹੈ ਨਾ ਮਹਾਰਾਜ ਦਾ ਲੋਗੜ ਦਾ ਇਹ ਅੱਜ ਅਸੀਂ ਛੜਾ ਹੀ ਲੈਣਾ ਹੈ ਸਾਡੇ ਕੋਲ ਇੱਕ ਹਾਥੀ ਹੈ ਹਾਥੀ ਟੱਕਰ ਮਾਰੇਗਾ ਦਰਵਾਜ਼ਾ ਭੰਨ ਦੇਵੇਗਾ ਅਸੀਂ ਕਿਲੇ ਦੇ ਅੰਦਰ ਚਲੇ ਜਾਣਾ ਮਹਾਰਾਜ ਦੇ ਸਿੰਘਾਂ ਨੂੰ ਸ਼ਹੀਦ ਕਰ ਦੇਣਾ ਹੈ ਆਨੰਦਪੁਰ ਸਾਹਿਬ ਨੂੰ ਜਿੱਤ ਲੈਣਾ ਹੈ ਬਸ ਅੱਜ ਸਾਡੀ ਜਿੱਤ ਹੋ ਜਾਣੀ ਹੈ ਪੁਰ ਆਨੰਦ ਪੁਨ ਟਿਕਾ ਨਾ ਕਾਏ ਅਤੇ ਜਦੋਂ ਅਸੀਂ ਇਹ ਕਿਲਾ ਜਿੱਤ ਲਿਆ ਮਹਾਰਾਜ ਦਾ ਤੇ ਫਿਰ ਆਨੰਦਪੁਰ ਸਾਹਿਬ ਵੀ ਸਾਡੇ ਤੋਂ ਕੋਈ ਬਚਾ ਨਹੀਂ ਸਕੇਗਾ ਫਿਰ ਅਸੀਂ ਆਨੰਦਪੁਰ ਸਾਹਿਬ ਨੂੰ ਵੀ ਜਿੱਤ ਲੈਣਾ ਹੈ ਭੀਮਚੰਦ ਉਤਸ਼ਾਹ ਬਿਲੰਦਉ ਹਰਮਕੋ ਭੀਮਚੰਦ ਰਾਜੇ ਦੇ ਮਨ ਵਿੱਚ ਬੜਾ ਹੀ ਉਤਸ਼ਾਹ ਹੈ ਬੜਾਈ ਚਾਹ ਹੈ ਕਿ ਬਾਸ ਮੇਰੀ ਜੰਗ ਵਿੱਚ ਜਿੱਤ ਹੋਣ ਵਾਲੀ ਹੈ ਲਿਓ ਹਕਾਰ ਕੇਸਰੀ ਚੰਦੰ ਇਸ ਭੀਮ ਚੰਦ ਰਾਜੇ ਨੇ ਦੂਸਰੇ ਰਾਜੇ ਕੇਸਰੀ ਚੰਦ ਨੂੰ ਆਵਾਜ਼ ਮਾਰੀ ਹੈ ਕਹਿਣ ਲੱਗਾ ਵੀ ਆ ਕੇਸਰੀ ਚੰਦ ਮੇਰੇ ਕੋਲ ਆਉਣਾ ਕਰ ਹੰਧੂਰੀ ਤੇ ਅਦਕ ਰਾਜੇ ਇਸੇ ਤਰ੍ਹਾਂ ਹੰਧੂਰੀਆ ਰਾਜਾ ਹੋਰ ਵੀ ਜਿਹੜੇ ਰਾਜੇ ਸਨ ਸਾਰੇ ਬੁਲਾ ਲਏ ਹਨ ਭਾਏ ਇਕੱਤਰ ਲਰਨ ਕੇ ਕਾਜੇ ਇਹ ਅੱਜ ਸਾਰੇ ਰਾਜੇ ਲੜਨ ਵਾਸਤੇ ਇਕੱਠੇ ਹੋ ਗਏ ਜਿੰਨੇ ਰਾਜੇ ਸਨ ਭੀਮ ਚੰਦ ਨੇ ਸਾਰੇ ਬੁਲਾ ਕੇ ਜੰਗ ਕਰਨ ਵਾਸਤੇ ਸਾਰੇ ਤਿਆਰ ਕੀਤੇ ਹਨ ਬੈਠ ਏਕ ਥਲ ਗਜ ਮੰਗਵਾਏ ਜਦੋਂ ਸਾਰੇ ਜਾਨੇ ਇਕੱਠੇ ਹੋ ਗਏ ਸਾਰਿਆਂ ਨੇ ਮੀਟਿੰਗ ਕੀਤੀ ਹੈ ਵਿਚਾਰ ਕੀਤੀ ਹੈ ਵੀ ਜੰਗ ਕਿਵੇਂ ਕਰਨਾ ਜੰਗ ਦੀ ਪੂਰੀ ਵਿਉਂਤਬੰਦੀ ਬਣਾਈ ਹੈ ਇਸ ਪਾਸਿਓਂ ਹਮਲਾ ਕਰਾਂਗੇ ਇਸ ਤਰ੍ਹਾਂ ਜੰਗ ਕਰਾਂਗੇ ਜਦੋਂ ਪੂਰੀ ਵਿਉਂਤਬੰਦੀ ਬਣ ਗਈ ਫਿਰ ਉਸ ਵੇਲੇ ਭੀਮਚੰਦ ਰਾਜੇ ਨੇ ਕੇਸਰੀ ਚੰਦ ਨੂੰ ਆਖਿਆ ਫਿਰ ਮਗਾ ਆਪਣਾ ਹਾਥੀ ਕਿੱਥੇ ਹੈ ਜਿਨੂੰ ਕੱਲ ਦੇ ਆਪਾਂ ਮਸਾਲੇ ਦਿੰਦੇ ਪਏ ਆ ਕੱਲ ਦੀ ਆਪਾਂ ਸ਼ਰਾਬ ਪਲਾਉਂਦੇ ਪਏ ਆ ਐਸਾ ਨਸ਼ੇ ਦੇ ਵਿੱਚ ਧੁੱਤ ਕੀਤਾ ਹਾਥੀ ਜਿਹੜਾ ਅੰਨਾ ਹੋਇਆ ਫਿਰਦਾ ਇਸ ਵੇਲੇ ਬੜਾ ਜੋਰ ਹੈ ਉਹਦੇ ਵਿੱਚ ਮਂਗਾਓ ਫਿਰ ਹਾਥੀ ਕਿੱਥੇ ਆ ਫਿਰ ਮਹਾਰਾਜ ਦੇ ਕਿਲੇ ਤੇ ਹਮਲਾ ਕਰੀਏ ਕਹਿਣ ਲੱਗੇ ਉਸ ਵੇਲੇ ਹਾਥੀ ਫਿਰ ਮਗਾਇਆ ਹੈ ਬਲੀ ਬਲੰਦ ਝੂਲ ਤੋਂ ਆਇਓ ਕਹਿਣ ਲੱਗੇ ਹਾਥੀ ਦਾ ਆਕਾਰ ਬੜਾ ਵੱਡਾ ਹੈ ਬੜਾ ਲੰਮਾ ਤੇ ਬੜਾ ਉੱਚਾ ਹਾਥੀ ਹੈ ਬਾਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਜਦੋਂ ਮਹਾਵਤ ਨੇ ਇਸ ਹਾਥੀ ਨੂੰ ਪਰੇਰਿਆ ਤੇ ਕਹਿ ਲੱਗੇ ਬੜੀ ਮਸਤ ਚਾਲ ਨਸ਼ੇ ਦੇ ਵਿੱਚ ਰਜਿਆ ਹੋਇਆ ਇਹ ਹਾਥੀ ਚੱਲ ਕੇ ਆਇਆ ਹੈ ਉਸ ਤਬ ਵੱਡੋ ਨੇ ਤ ਮਸਤ ਰਹਨਤਾ ਅਤੇ ਇਹ ਹਾਥੀ ਬੜਾ ਬੋਟਾ ਹੈ ਬੜਾ ਲੰਮਾ ਤੇ ਬੜਾ ਉੱਚਾ ਹੈ ਬੜੇ ਤਗੜੇ ਸ਼ਰੀਰ ਵਾਲਾ ਔਰ ਬੜੀ ਮਸਤ ਚਾਲ ਚੱਲਦਾ ਹੈ ਨਿਕਤ ਪਿਖੈ ਨਰ ਤਤਸ਼ਨ ਹੰਤਾ ਤੇ ਇਹ ਹਾਥੀ ਐਸਾ ਗੁਸੈਲਾ ਹੈ ਬੜੇ ਗੁੱਸੇ ਵਾਲਾ ਹਾਥੀ ਹੈ ਇੱਕ ਤੇ ਆਮ ਹਾਥੀ ਆਉਂਦੇ ਨਾ ਪਿੰਡਾਂ ਸ਼ਹਿਰਾਂ ਵਿੱਚ ਆਪਾਂ ਸਵਾਰੀ ਵੀ ਕਰ ਲੈਂਦੇ ਕੋਲ ਵੀ ਖੜ ਜਾਂਦੇ ਪਰ ਇਹ ਜਿਹੜਾ ਹਾਥੀ ਹੈ ਇਹ ਖੂਨਖਾਰ ਹਾਥੀ ਹੈ ਜਿਹੜਾ ਬੰਦਾ ਇਹਦੇ ਨੇੜੇ ਚਲਾ ਜਾਵੇ ਉਹਨੂੰ ਤੇ ਝਾਟੀ ਫੜ ਕੇ ਮਾਰ ਦਿੰਦਾ ਹੈ ਇਹ ਬੰਦੇ ਮਾਰਨ ਵਾਲਾ ਹਾਥੀ ਹੈ ਬੜਾ ਖੂਨਖਾਰ ਔਰ ਬੜਾ ਭਿਆਨਕ ਹੈ ਕਿਸੇ ਵੀ ਵਿਅਕਤੀ ਨੂੰ ਆਪਣੇ ਕੋਲ ਖਲੋਤਾ ਇਹ ਜਰਦਾ ਨਹੀਂ ਹੈ ਜਿਹੜਾ ਕੋਲ ਚਲੇ ਜਾਵੇ ਉਸਨੂੰ ਝਟ ਮਾਰ ਦਿੰਦਾ ਹੈ ਤੂੰ ਮਰ ਦੀਰਘ ਹਾਸ ਰਹੰਤੇ ਇਸ ਕਰਕੇ ਜਿਹੜੇ ਸੂਰਮੇ ਨੇ ਜਦੋਂ ਹਾਥੀ ਨੂੰ ਤੋੜਨਾ ਹੁੰਦਾ ਨਾ ਲੰਮੇ ਲੰਮੇ ਬਰਸ਼ੇ ਫੜ ਲੈਂਦੇ ਲੰਮੀਆਂ ਡਾਂਗਾਂ ਵਾਲੇ ਵੀ ਹਾਥੀ ਦੇ ਕੋਲ ਨਾ ਜਾਣਾ ਪਵੇ ਦੂਰੋਂ ਹੀ ਬਰਸ਼ੇ ਦੀ ਚੁੰਝ ਮਾਰ ਕੇ ਕਿ ਉਸ ਨੂੰ ਤੋੜਦੇ ਅੱਗੇ ਨੂੰ ਵੀ ਅੱਗੇ ਨੂੰ ਚੱਲ ਜਾਂ ਪਿੱਛੇ ਨੂੰ ਚੱਲ ਇਸ ਤਰ੍ਹਾਂ ਬਰਸ਼ਿਆਂ ਦੇ ਨਾਲ ਦੂਰੋਂ ਲੰਮੀਆਂ ਡਾਂਗਾਂ ਨਾਲ ਪ੍ਰੇਰ ਕੇ ਤੋੜਦੇ ਹਨ ਹਿੱਤ ਉਤ ਘੇਰਤ ਤਾਹੇ ਚਲਨ ਤੇ ਫਿਰ ਉਸ ਹਾਥੀ ਨੂੰ ਘੇਰ ਕੇ ਚਲਾਉਣਾ ਪੈਂਦਾ ਕੋਈ ਸੱਜੇ ਪਾਸੇੋਂ ਡੰਡਾ ਮਾਰਦਾ ਕੋਈ ਖੱਬੇ ਪਾਸੇੋਂ ਡੰਡਾ ਮਾਰਦਾ ਇਸ ਤਰ੍ਹਾਂ ਘੇਰ ਕੇ ਤੇ ਉਸ ਨੂੰ ਚਲਾਉਂਦੇ ਹਾਂ ਸੰਗਲ ਰਹਾ ਹੈ ਪੈਰ ਮੈਂ ਪਾਇਓ ਇਹਦੇ ਪੈਰ ਵਿੱਚ ਵੱਡਾ ਸੰਗਲ ਪਾ ਕੇ ਤੇ ਇਸ ਹਾਥੀ ਨੂੰ ਵੱਧਾ ਹੋਇਆ ਹੈ ਇਸ ਵੇਲੇ ਵੱਡੇ ਸੰਗਲ ਦੇ ਨਾਲ ਇਸ ਨੂੰ ਬੰਨਿਆ ਹੈ ਮਾਨਵ ਬ੍ਰਿੰਦਨ ਅਗਰ ਚਲਾਇਓ ਅਤੇ ਜਿਹੜੇ ਬਹੁਤ ਜ਼ਿਆਦੇ ਬੰਦੇ ਨੇ ਜਦੋਂ ਕਿਤੇ ਚਲਾਉਣਾ ਹੁੰਦਾ ਫਿਰ ਇਹਦਾ ਸੰਗਲ ਖੋਲਿਆ ਜਾਂਦਾ ਹੈ ਫਿਰ ਇਸ ਨੂੰ ਅੱਗੇ ਚਲਾਇਆ ਜਾਂਦਾ ਹੈ। ਦਏ ਮਸਾਲੇ ਗਰਮ ਘਨੇਰੇ ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ ਇਸ ਹਾਥੀ ਨੂੰ ਬਹੁਤ ਜ਼ਿਆਦਾ ਤਾਕਤਵਰ ਕਰਨ ਵਾਸਤੇ ਬੜਾ ਗੁੱਸਾ ਦਿਵਾਉਣ ਵਾਸਤੇ ਬੜਾ ਵੱਡਾ ਨੁਕਸਾਨ ਕਰਨ ਵਾਸਤੇ ਇਹਨਾਂ ਪਹਾੜੀ ਰਾਜਿਆਂ ਨੇ ਇਸ ਹਾਥੀ ਨੂੰ ਕੱਲ ਦੇ ਬਹੁਤ ਜ਼ਿਆਦਾ ਮਸਾਲੇ ਚਾਰੇ ਹੋਏ ਹਨ। ਜਿੰਤੇ ਹੋਇਓ ਮਸਤ ਬਡੇਰੇ ਉਹ ਮਸਾਲਿਆਂ ਦੀ ਤਾਕਤ ਦੇ ਨਾਲ ਮਸਾਲਿਆਂ ਦੀ ਗਰਮੀ ਦੇ ਨਾਲ ਇਹ ਹਾਥੀ ਬੜਾ ਮਸਤ ਹੋਇਆ। ਬੜੀ ਮਸਤੀ ਦੇ ਵਿੱਚ ਹੈ ਆਂ ਖਲਾਲ ਦੀਰਗ ਤੇ ਹਿਰਤ ਮਸਾਲੇ ਇੰਨੇ ਤਗੜੇ ਨੇ ਵੀ ਹਾਥੀ ਦੀਆਂ ਅੱਖਾਂ ਲਾਲ ਹੋ ਗਈਆਂ ਲਾਲ ਅੱਖਾਂ ਦੇ ਨਾਲ ਵੇਖਦਾ ਜਿਹਦੇ ਵੱਲ ਵੇਖਦਾ ਡਰ ਜਾਂਦਾ ਐਨਾ ਨਸ਼ਾ ਚੜਿਆ ਇਸ ਹਾਥੀ ਨੂੰ ਉਹਨਾਂ ਮਸਾਲਿਆਂ ਦਾ ਜਾਂ ਸ਼ਰਾਬ ਦਾ ਵੀ ਇਹਦੀਆਂ ਅੱਖਾਂ ਵੀ ਹੁਣ ਲਾਲ ਹੋ ਗਈਆਂ ਲਾਲ ਅੱਖਾਂ ਮੰਨ ਲਓ ਰਤ ਹੀ ਵਗਣ ਵਾਲੀ ਹੈ ਇਸ ਤਰ੍ਹਾਂ ਸਾਰਿਆਂ ਦੇ ਵੱਲ ਵੇਖਦਾ ਹੈ ਉਤ ਤੋਮਰ ਗੰਤ ਤੇ ਪ੍ਰੇਰਤ ਜਿਹੜੇ ਇਸ ਰਾਜੇ ਦੇ ਸਿਪਾਈ ਨੇ ਉਹ ਡੰਡਿਆਂ ਦੇ ਨਾਲ ਇਸ ਨੂੰ ਅੱਗੇ ਨੂੰ ਤੋਰਦੇ ਨੇ ਇਹਦੇ ਉੱਪਰ ਨਹੀਂ ਕੋਈ ਚੜਦਾ ਹੈ ਇਹਦੇ ਨੇੜੇ ਕੋਈ ਨਹੀਂ ਜਾਂਦਾ ਲੰਮੇ-ਲੰਮੇ ਡੰਡੇ ਲੈ ਕੇ ਜਾਂ ਬਰਸ਼ੇ ਲੈ ਕੇ ਦੂਰੋਂ ਮਾਰ ਕੇ ਇਸ ਹਾਥੀ ਨੂੰ ਅੱਗੇ ਤੁਰਿਆ ਜਾਂਦਾ ਹੈ ਸਭ ਗਿਰ ਪਤਨ ਬਲੋਕਨਕੀ ਨਾ ਜਦੋਂ ਇਹ ਹਾਥੀ ਲਿਆਉਂਦਾ ਨਾ ਰਾਜਿਆਂ ਦੇ ਕੋਲ ਤੇ ਕੇਸਰੀ ਚੰਦ ਨੇ ਆਖਿਆ ਵੀ ਉਹ ਮੇਰਾ ਹਾਥੀ ਆ ਗਿਆ ਜਿੰਨੇ ਲੜਨਾ ਹੈ ਸਾਰੇ ਪਹਾੜੀ ਰਾਜੇ ਉਸ ਹਾਥੀ ਵੱਲ ਵੇਖਦੇ ਪਏ ਹਨ ਰਤਬ ਦੇ ਤ੍ਰਪਤਾਇ ਸੁਲੀਨ ਇਸ ਨੂੰ ਚੰਗੀ ਤਰ੍ਹਾਂ ਖਾਣਾ ਪਾਣਾ ਦੇ ਕੇ ਰਜਾਇਆ ਵੀ ਕਿਤੇ ਭੁੱਖਾ ਨਾ ਰਹਿ ਜਾਵੇ ਜੋ ਵੀ ਇਸ ਨੇ ਖਾਣਾ ਹੈ ਖਾਣ ਵਾਸਤੇ ਇਸ ਨੂੰ ਚੰਗੀ ਖੁਰਾਕ ਦੇ ਕੇ ਤੇ ਹਾਥੀ ਨੂੰ ਚੰਗੀ ਤਰ੍ਹਾਂ ਰਜਾਇਆ ਹੈ ਸਰਬਾਰਨੀ ਕੋ ਮੰਗਵਾਏ ਹੁਣ ਗੁਰਮੁਖੋ ਹਮਲਾ ਕਰਨਾ ਹੈ ਰਾਜੇ ਨੇ ਹੁਕਮ ਦਿੱਤਾ ਭੀਮਚੰਦ ਨੇ ਜਿਹੜੀ ਵਧੀਆ ਸ਼ਰਾਬ ਹੈ ਬੜੀ ਤੇਜ ਜਿਹੜੀ ਉਂਗਲ ਤੇ ਪਾਈਏ ਤੇ ਅੱਗ ਲੱਗ ਜਾਵੇ ਐਸੀ ਜਿਹੜੀ ਹੈ ਤੇਜ਼ ਸ਼ਰਾਬ ਲੈ ਕੇ ਆਓ ਇਸ ਹਾਥੀ ਨੂੰ ਹੋਰ ਪਲਾਈ ਜਾਵੇ ਹੋਰ ਇਸ ਨੂੰ ਨਸ਼ਾ ਕਰਵਾਇਆ ਜਾਏ ਕਹਿਣ ਲੱਗੇ ਇਸ ਤਰ੍ਹਾਂ ਬੜੀ ਤੇਜ਼ ਸ਼ਰਾਬ ਜਿਹੜੀ ਹੈ ਬਹੁਤਾ ਨਸ਼ਾ ਕਰਨ ਵਾਲੀ ਉਹ ਬਾਲਟੀਆਂ ਵਿੱਚ ਭਰ-ਭਰ ਕੇ ਲੈਂਦੀ ਹੈ ਪ੍ਰਥਮ ਸਵਾ ਮਣ ਦੀ ਪਿਲਾਏ ਇਸ ਤੋਂ ਪਹਿਲਾਂ ਸਵਾ ਮਣ ਪਹਿਲਾਂ ਪਿਆ ਦਿੱਤੀ ਹੈ 50 ਲੀਟਰ ਸ਼ਰਾਬ ਇਹ ਹਾਥੀ ਪਹਿਲਾਂ ਪੀ ਗਿਆ ਹਾਥੀ ਦਾ ਆਕਾਰ ਵੱਡਾ ਸਰੀਰ ਵੱਡਾ ਹੈ ਨਾ ਤੇ ਉਹਦੀ ਖਰਾਕ ਵੀ ਵੱਡੀ ਹੈ 50 ਲੀਟਰ ਸ਼ਰਾਬ ਇਸ ਨੂੰ ਜਿਹੜੀ ਕਿ ਬੜੀ ਤੇਜ਼ ਹੈ ਬੜੇ ਵੱਡੇ ਨਸ਼ੇ ਵਾਲੀ ਹੈ ਬਹੁਤਾ ਨਸ਼ਾ ਕਰਨ ਵਾਲੀ ਜਿਹੜੀ ਸ਼ਰਾਬ ਹੈ ਇਸ ਹਾਥੀ ਨੂੰ ਪਲਾਈ ਗਈ ਹੈ ਤਵੇ ਪੁਲਾਦੀ ਮਸਤਕ ਸਾਰੇ ਅਤੇ ਫਿਰ ਜਿਹੜੇ ਫੁਲਾਦ ਦਾ ਲੋਹਾ ਹੈ ਫੁਲਾਦ ਦੇ ਲੋਹੇ ਦੇ ਬਣੇ ਹੋਏ ਤਵੇ ਜਿਵੇਂ ਆਪਣੇ ਘਰ ਵਿੱਚ ਤਵਾ ਹੁੰਦਾ ਨਾ ਪ੍ਰਸ਼ਾਦਾ ਪਕਾਉਣ ਵਾਲਾ ਰੋਟੀ ਪਕਾਉਣ ਵਾਲਾ ਇਹਦੇ ਤੋਂ ਵੱਡੇ ਆਕਾਰ ਦੇ ਜਿੰਨਾ ਕੋ ਆਕਾਰ ਢਾਲਦਾ ਹੁੰਦਾ ਹੈ ऐसे बड़े आकार ਦੇ ਜਿਹੜੇ ਸੱਤ ਤਵੇ ਨੇ ਮੋٹے ਲੋਹੇ ਦੇ ਉਹ ਇਹਦੇ ਮੱਥੇ ਤੇ ਬੰਨੇਗਾ ਕਿਉਂਕਿ ਹਾਥੀ ਦੀ ਮੌਤ ਜਿਹੜੀ ਆ ਨਾ ਮੱਥੇ ਵਿੱਚੋਂ ਹੀ ਹੋਣੀ ਹੈ ਭਾਵੇਂ ਗੋਲੀ ਮਾਰ ਕੇ ਕਰ ਦਿਓ ਤੇ ਭਾਵੇਂ ਮੱਥੇ ਵਿੱਚ ਕੋਈ ਤਿੱਖੀ ਚੀਜ਼ ਮਾਰ ਦਿਓ ਹਾਥੀ ਮਰੇਗਾ ਤਾਂ ਜਾਂ ਪਿੱਛੇ ਤਾਂ ਹਟਦਾ ਹੈ ਬਾਕੀ ਉਹਦੇ ਪਿੰਡੇ ਦੇ ਉੱਪਰ ਢਿੱਡ ਦੇ ਉੱਪਰ ਜਿੰਨੀਆਂ ਮਰਜ਼ੀ ਤਲਵਾਰਾਂ ਚਲਾਈ ਚਲੋ ਬਰਛੇ ਚਲਾਈ ਚਲੋ ਹਾਥੀ ਨੂੰ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ ਉਹਦਾ మాਸ ਇਸ ਤਰ੍ਹਾਂ ਦਾ ਹੈ ਜੇ ਤੁਸੀਂ ਵਰਸ਼ਾ ਖੋਬ ਵੀ ਦਿੱਤਾ ਨਾ ਉਹਦੇ ਬਾਸ ਦੇ ਵਿੱਚ ਜਦੋਂ ਵਰਸ਼ਾ ਵਾਪਸ ਪਟ ਲਵੋਗੇ ਬਾਸ ਫਿਰ ਆਪਸ ਵਿੱਚ ਮਿਲ ਜਾਂਦਾ ਹੈ ਹਾਥੀ ਦੀ ਮੌਤ ਉਹਦੇ ਮੱਥੇ ਵਿੱਚ ਹੈ ਜੇ ਮੱਥੇ ਵਿੱਚ ਟਕਾਣੇ ਤੇ ਗੋਲੀ ਵੱਜੇ ਤੇ ਮਰਦਾ ਜੇ ਆਪਾਂ ਢਿੱਡ ਤੇ ਜਾ ਅੱਗੇ ਪਿਛੇ ਲੱਤਾਂ ਤੇ ਕਿਤੇ ਮਾਰ ਦਈਏ ਤੇ ਫਿਰ ਕੁਝ ਨਹੀਂ ਹੁੰਦਾ ਹੁਣ ਰਾਜਿਆਂ ਨੂੰ ਪਤਾ ਹੈ ਵੀ ਜੇ ਹਾਥੀ ਅੱਗੇ ਲੈ ਕੇ ਜਾਵਾਂਗੇ ਤੇ ਮਹਾਰਾਜ ਦੇ ਸੂਰਮੇ ਇਹਦੇ ਮੱਥੇ ਵਿੱਚ ਗੋਲੀ ਮਾਰਨਗੇ ਮਾਰਨ ਵਾਸਤੇ ਮੱਥੇ ਵਿੱਚ ਗੋਲੀ ਨਾ ਵੱਜੇ ਇਸ ਕਰਕੇ ਮੋٹے ਮੋٹے ਤਵੇ ਲੋਹੇ ਦੇ ਜਿਹੜਾ ਫਲਾਦ ਦਾ ਲੋਹਾ ਬੜਾ ਤਾਕਤਵਰ ਮੰਨਿਆ ਜਾਂਦਾ ਹੈ ਉਹ ਸੱਤ ਤਵੇ ਮੋٹے ਲਿਆ ਕੇ ਇਹਦੇ ਮੱਥੇ ਦੇ ਉੱਪਰ ਬੰਨੇ ਗਏ ਹਨ ਬੰਦੇ ਭਲੀ ਭਾਂਤ ਵੱਡ ਭਾਰੇ ਬੜੇ ਬੜੇ ਭਾਰੇ ਇਹ ਜਿਹੜੇ ਤਵੇ ਸਨ ਬੰਦੇ ਵੀ ਜੇ ਇੱਕ ਤਵਾ ਪਾੜ ਵੀ ਜਾਵੇ ਗੋਲੀ ਮਾਰਿਆਂ ਕਿਤੇ ਟੁੱਟ ਵੀ ਜਾਵੇ ਤੇ ਦੂਜਾ ਵੱਜ ਜਾਵੇ ਦੂਜਾ ਟੁੱਟ ਜਾਵੇ ਤੇ ਤੀਜਾ ਇਸ ਤਰ੍ਹਾਂ ਕਈ ਤਵੇ ਬੰਨ ਲਏ ਵੀ ਇੱਕ ਦੋ ਜੇ ਟੁੱਟ ਵੀ ਜਾਣ ਤੇ ਬਾਕੀ ਬਾਕੀਆਂ ਦੇ ਨਾਲ ਹਾਥੀ ਦੀ ਫਿਰ ਵੀ ਰੱਖਿਆ ਹੋਵੇ। ਇਸ ਤਰ੍ਹਾਂ ਮੱਥੇ ਤੇ ਬੱਧੇ ਹਨ। ਸੁੱਕ ਸੁੰਡ ਨੰਗੀ ਰਹਿ ਗਈ। ਕਹਿਣ ਲੱਗੇ ਜਦੋਂ ਇਹਦੇ ਮੱਥੇ ਦੇ ਉੱਪਰ ਬੰਨ ਦਿੱਤੇ ਨਾ ਤਵੇ ਮੱਥਾ ਵੀ ਟਕਿਆ ਗਿਆ, ਸੁੰਡ ਵੀ ਟਕੀ ਗਈ। ਅੱਧੀ ਕੋ ਸੁੰਡ ਨੰਗੀ ਰਹਿ ਗਈ ਹੈ ਹਾਥੀ ਦੀ। ਬਾਕੀ ਸਾਰੇ ਮੱਥਾ ਇਹਦਾ ਜਿਹੜਾ ਹੈ ਤਵਿਆਂ ਦੇ ਨਾਲ ਲੋਹੇ ਦੇ ਨਾਲ ਜਿਸ ਵੇਲੇ ਟਕ ਲਿਆ। ਹੁਣ ਵੇਖਿਆ ਵੀ ਅੱਧੀ ਸੁੰਡ ਹਾਲੇ ਦੀ ਨੰਗੀ ਹੈ ਸਰਬ ਲੋਸੋਂ ਸ਼ਾਦਨ ਭਈ ਕਹਿਣ ਲੱਗੇ ਵੀ ਉਹ ਵੀ ਸਾਰੀ ਨਾ ਲੋਹੇ ਦੇ ਨਾਲ ਇਹਨਾਂ ਨੇ ਢੱਕ ਦਿੱਤੀ ਵੀ ਮਹਾਰਾਜ ਦੇ ਸੂਰਮੇ ਕਿਤੇ ਇਹਦੀ ਸੁੰਡ ਦੇ ਉੱਪਰ ਇਹਨਾਂ ਤਲਵਾਰ ਚਲਾ ਦੇਣ ਕਿਤੇ ਮਾਰ ਹੀ ਨਾ ਦੇਣ ਸੁੰਡੀ ਨਾ ਵੱਢ ਦੇਣ ਇਸ ਹਾਥੀ ਦੀ ਬਾਕੀ ਸੁੰਡ ਦੇ ਉੱਪਰ ਵੀ ਲੋਹੇ ਦੀਆਂ ਚੀਜ਼ਾਂ ਬਣ ਦਿੱਤੀਆਂ ਗਈਆਂ ਹਨ 3 ਗੱਲਾਂ ਵੀ ਸੈਫ ਮੰਗਾਈ ਉਸ ਵੇਲੇ ਇਹਨਾਂ ਰਾਜਿਆਂ ਨੇ ਕਹਿਣ ਲੱਗੇ ਬੜੀ ਲੰਮੀ ਇੱਕ ਤਲਵਾਰ ਮੰਗਾਈ ਇਕਦੇ ਤਲਵਾਰ ਆਮ ਹੈ ਨਾ 2 1/2 ਫੁੱਟ ਦੀ ਜਿਹੜੀ ਆਪਾਂ ਵਰਤਦੇ ਆਂ ਵੇਖਦੇ ਆਂ ਪਰ ਇਸ ਹਾਥੀ ਵਾਸਤੇ 2 1/2 ਫੁੱਟ ਦੀ ਨਹੀਂ ਲੰਮੀ ਤਲਵਾਰ ਮੰਗਾਈ ਜਿਹੜੀ ਦੂਰ ਤੱਕ ਵਾਰ ਕਰੇ ਰਾਜਿਆਂ ਨੇ ਲੰਮੀ ਇੱਕ ਤਲਵਾਰ ਮੰਗਾਈ ਹੈ ਦੋਹੇ ਦਿਸਤੀ ਕੀ ਧਾਰ ਲਗਾਏ ਜਦੋਂ ਉਹ ਤਲਵਾਰ ਲਿਆਂਦੀ ਗਈ ਭੀਬ ਚੰਦ ਰਾਜੇ ਨੇ ਵੇਖੀ ਹੈ ਕਹਿਣ ਲੱਗਾ ਨਹੀਂ ਇਸ ਤਲਵਾਰ ਨੂੰ ਦੋਵਾਂ ਪਾਸਿਆਂ ਤੋਂ ਤਿੱਖੀ ਕਰੋ ਹਾਥੀ ਤੇ ਜਾਨਵਰ ਹੈ ਹਾਥੀ ਨੂੰ ਥੋੜੀ ਪਤਾ ਵੀ ਕਿਹੜੇ ਬੰਨੇ ਧਾਰ ਹੈ ਤੇ ਕਿਹੜੇ ਬੰਨੇ ਨਹੀਂ ਧਾਰ ਹੈ। ਹਾਥੀ ਕਿਵੇਂ ਚਲਾਏਗਾ? ਹਾਥੀ ਨੇ ਤੇ ਆਪਣੀ ਸੁੰਡੀ ਫੇਰਨੀ ਐ, ਸੱਜੇ ਖੱਬੇ ਨੂੰ ਕਰਨੀ ਐ। ਇਸ ਤਲਵਾਰ ਦੇ ਦੋਨੇ ਪਾਸੇ ਤਿੱਖੇ ਕੀਤੇ ਜਾ। ਹਾਥੀ ਜਿੱਧਰ ਨੂੰ ਮਰਦੀ ਸੁੰਡ ਘੁਮਾਏ, ਜਿੱਧਰ ਨੂੰ ਘੁਮਾਏ ਬਸ ਜਿਹੜਾ ਅੱਗੇ ਆਵੇ ਉਹ ਵੱਢਿਆ ਹੀ ਜਾਵੇ। ਸਿਪਾਈਆਂ ਨੇ ਗੱਲ ਮੰਨ ਕੇ ਉਸੇ ਵੇਲੇ ਤਲਵਾਰ ਦੀਆਂ ਦੋਨੇ ਧਾਰਾਂ ਤਿੱਖੀਆਂ ਕਰਵਾਈਆਂ। ਦੋਨੇ ਪਾਸੇ ਤੋਂ ਤਲਵਾਰ ਤਿੱਖੀ ਕਰਕੇ ਸੁੰਡ ਅੰਤ ਸੁਬੰਧਤ ਖਰੀ ਤੇ ਕਹਿਣ ਲੱਗੇ ਵੀ ਜਿਹੜੀ ਸੁੰਡ ਹੈ ਨਾ ਹਾਥੀ ਹਾਥੀ ਦੀ ਸੁੰਡ ਉਹਦੇ ਨਾਲ ਚੰਗੀ ਤਰ੍ਹਾਂ ਰੱਸੀ ਪਾ ਕੇ ਇਸ ਤਲਵਾਰ ਨੂੰ ਬੰਨ੍ਹ ਦਿੱਤਾ ਹੈ ਕਿ ਜਦੋਂ ਇਹ ਸੁੰਡ ਘੁਮਾਵੇ ਤਲਵਾਰ ਨਾਲ ਹੀ ਘੁੰਮੇ ਜਿਹੜਾ ਅੱਗੇ ਆਵੇ ਉਹਨੂੰ ਮਾਰ ਦੇਵੇ ਇਸ ਤਰ੍ਹਾਂ ਇਹਦੀ ਧੌਣ ਦੇ ਨਾਲ ਕਹਿ ਲਈਏ ਸੁੰਡ ਦੇ ਨਾਲ ਬੜੀ ਤਿੱਖੀ ਤੇ ਲੰਮੀ ਤਲਵਾਰ ਬੰਨੀ ਹੈ ਖੁਲਹ ਨਾ ਡਿੱਡ ਐਸੀ ਵਿਧ ਕਰੀ ਅਤੇ ਚੰਗੀ ਤਰ੍ਹਾਂ ਰਸੀਆਂ ਦੇ ਨਾਲ ਬੱਧੀ ਹੈ ਵੀ ਜੰਗ ਮੈਦਾਨ ਦੇ ਵਿੱਚ ਹਾਥੀ ਨੇ ਆਪਣੀ ਵਾਰ-ਵਾਰ ਸੁੰਡ ਹਿਲਾਉਣੀ ਹੈ ਤੇ ਫਿਰ ਉਸ ਵੇਲੇ ਕੁਝ ਨਹੀਂ ਹੋ ਸਕਦਾ ਹੈ ਕਿਤੇ ਤਲਵਾਰ ਖੋਲੀ ਨਾ ਜਾਵੇ ਡੇਗੀ ਨਾ ਪਵੇ ਚੰਗੀ ਤਰ੍ਹਾਂ ਮਜ਼ਬੂਤੀ ਦੇ ਨਾਲ ਉਹ ਤਲਵਾਰ ਹਾਥੀ ਦੀ ਸੁੰਡ ਦੇ ਨਾਲ ਬੱਧੀ ਗਈ ਹੈ ਪੂਰੀ ਫੋਰਸ ਕਨ ਜੈਸੇ ਅਤੇ ਇਸੇ ਤਰ੍ਹਾਂ ਦੇ ਨਾਲ ਕਹਿ ਲਗੇ ਕਿ ਭਾਵੇਂ ਕੋਈ ਬੰਦਾ ਗੋਲੀ ਵੀ ਚਲਾ ਦੇਵੇ ਤਾਂ ਵੀ ਹਾਥੀ ਨੂੰ ਕੁਝ ਨਾ ਹੋਵੇ ਐਨੀ ਪਕਿਆਈ ਕਰਕੇ ਲਿਆਨਾ ਹਾਥੀ ਇਹ ਨਹੀਂ ਵੀ ਹਾਥੀ ਹੈ ਤੇ ਬਲ ਵਾਲਾ ਤੇ ਚਲੋ ਇਸ ਤਰ੍ਹਾਂ ਲੈ ਚੱਲੀਏ ਨਹੀਂ ਜਿੱਥੋਂ ਜਿੱਥੋਂ ਹਾਥੀ ਦੀ ਮੌਤ ਹੋ ਸਕਦੀ ਹੈ ਉਹ ਸਾਰੇ ਸ਼ਰੀਰ ਨੂੰ ਲੋਹੇ ਨਾਲ ਢੱਕਿਆ ਗਿਆ ਤੇ ਚੰਗੀ ਤਰ੍ਹਾਂ ਬੜੀ ਮਜਬੂਤੀ ਕਰਵਾਈ ਗਈ ਹੈ ਲੋਹੇ ਸੰਗ ਅਸ਼ਾਦਿਓ ਐਸੇ ਅਤੇ ਇਹ ਸਾਰਾ ਹਾਥੀ ਲੋਹੇ ਦੇ ਨਾਲ ਟਕਿਆ ਹੈ ਜੇ ਕੋਈ ਬੰਦਾ ਗੋਲੀ ਵੀ ਚਲਾਵੇ ਤੇ ਗੋਲੀ ਵੀ ਹਾਥੀ ਨੂੰ ਕੁਝ ਨਾ ਕਹਿ ਸਕੇ ਜੇ ਕੋਈ ਬੰਦਾ ਨਿਸ਼ਾਨਾ ਬਣ ਕੇ ਗੋਲੀ ਵੀ ਚਲਾ ਦੇਵੇ ਨਾ ਹਾਥੀ ਨੂੰ ਕੁਝ ਵੀ ਨਾ ਹੋਵੇ ਗੋਲੀ ਦੇ ਨਾਲ ਇਸ ਤਰ੍ਹਾਂ ਇਹਨਾਂ ਪਹਾੜੀਆਂ ਨੇ ਉਸ ਹਾਥੀ ਨੂੰ ਲੋਹੇ ਦੇ ਨਾਲ ਟਕਿਆ ਹੈ ਨਿਜ਼ਾ ਖੜਕ ਕਹ ਤਿਸ ਕਹਾ ਕਹਿ ਲਗੇ ਗੁਰਮੁਖੋ ਜੇ ਸਹਾਥੀ ਨੂੰ ਗੋਲੀ ਨਾਲ ਵੀ ਨਹੀਂ ਮਾਰਿਆ ਜਾ ਸਕਦਾ ਫਿਰ ਬੰਦਾ ਕੋਈ ਬਰਸ਼ੇ ਦੇ ਨਾਲ ਜਾਂ ਕੋਈ ਬੰਦਾ ਕਹੇ ਕਿ ਮੈਂ ਤਲਵਾਰ ਦੇ ਨਾਲ ਮਾਰ ਦੇਵਾਂਗਾ ਨਹੀਂ ਮਰੇਗਾ ਗੋਲੀ ਦਾ ਜ਼ਖਮ ਡੂੰਘਾ ਹੈ ਗੋਲੀ ਦਾ ਜ਼ਖਮ ਜ਼ੋਰਦਾਰ ਹੈ ਜਿਸ ਥਾਂ ਦੇ ਉੱਪਰ ਗੋਲੀ ਵੱਜ ਕੇ ਵੀ ਹਾਥੀ ਨਹੀਂ ਮਰ ਸਕਦਾ ਫਿਰ ਕੋਈ ਬੰਦਾ ਆਖੇ ਵੀ ਮੈਂ ਤਲਵਾਰ ਜਾਂ ਬਰਸ਼ੇ ਦੇ ਨਾਲ ਮਾਰ ਦੇਵਾਂਗਾ ਹੋ ਹੀ ਨਹੀਂ ਸਕਦਾ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਇਸ ਹਾਥੀ ਨੂੰ ਕੋਈ ਹੁਣ ਮਾਰ ਨਹੀਂ ਸਕਦਾ ਹੈ ਇਸ ਪ੍ਰਕਾਰ ਗਾਢੋ ਕਰਮਾ ਕਹਿਣ ਲੱਗੇ ਇਸ ਤਰ੍ਹਾਂ ਇਸ ਹਾਥੀ ਨੂੰ ਇਹਨਾਂ ਨੇ ਚੰਗਾ ਤਕੜਾ ਕਰ ਲਿਆ ਸਵਾ ਮਨ ਤੇ ਸ਼ਰਾਬ ਪਲਾਈ ਗਈ ਹੈ ਮੱਥੇ ਦੇ ਉੱਪਰ ਧੌਣ ਦੇ ਉੱਪਰ ਵੱਡੇ ਵੱਡੇ ਤਵੇ ਬਣੇ ਗਏ ਲੋਹੇ ਦੇ ਤੇ ਸੁੰਡ ਦੇ ਨਾਲ ਲੰਮੀ ਤੇ ਤਿੱਖੀ ਤਲਵਾਰ ਬਣੀ ਗਈ ਹੈ ਹਾਥੀ ਦੀ ਚੰਗੀ ਤਰ੍ਹਾਂ ਤਕੜਾਈ ਕਰਕੇ ਤਿਆਰੀ ਕੀਤੀ ਹੈ ਸੌਦਾ ਪ੍ਰੇਰਿਤ ਸੈਫ ਜੋ ਫਿਰਤ ਕਹਿਣ ਲੱਗੇ ਇਹ ਜਿਹੜਾ ਹਾਥੀ ਹੈ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਧੌਣ ਨੂੰ ਕਦੇ ਸੱਜੇ ਕਦੇ ਖੱਬੇ ਮਾੜਾ ਮਾੜਾ ਹਲਾਉਂਦਾ ਹੈ ਅਤੇ ਸੁੰਡ ਆਪਣੀ ਜਿਹੜੀ ਹੈ ਉਸ ਨੂੰ ਚੰਗੀ ਤਰ੍ਹਾਂ ਇਧਰ ਉਧਰ ਨੂੰ ਫਰੇਰਦਾ ਹੈ ਬਰਿੰਦ ਸ਼ੈਲਿੰਦਰ ਅਨੰਦਤ ਹਿਰਤ ਜਦੋਂ ਇਹ ਸੁੰਡ ਹਲਾਉਂਦਾ ਹੈ ਸੁੰਡ ਨਾਲ ਬੱਧੀ ਤਲਵਾਰ ਹਿੱਲਦੀ ਹੈ ਰਾਜੇ ਵੇਖ ਵੇਖ ਕੇ ਬੜੇ ਹੱਸਦੇ ਪਏ ਬੜੇ ਖੁਸ਼ ਹੁੰਦੇ ਪਏ ਕਹਿਣ ਲੱਗੇ ਮਹਾਰਾਜ ਦੀ ਫੌਜ ਤੇ ਇਹਨੇ ਸੁੰਡ ਨਾਲ ਹੀ ਮਾਰ ਦੇਣੀ ਹੈ ਜਦੋਂ ਇਹ ਤਲਵਾਰ ਨੂੰ ਘੁਮਾਏਗਾ ਆਪਣੀ ਸੁੰਡ ਕਮਾਏਗਾ ਮਹਾਰਾਜ ਦੀ ਸਿਪਾਈ ਖਾਲਸਾ ਤੇ ਤਲਵਾਰ ਨਾਲ ਹੀ ਮਰ ਜਾਣਾ ਹੈ ਬਾਕੀ ਰਹਿੰਦਿਆਂ ਨੂੰ ਅਸੀਂ ਮਾਰ ਦੇਣਾ ਹੈ ਹਾਥੀ ਨੂੰ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਹਨ ਸ਼ੰਕਾਰਤ ਚਿੰਗਾਰਤ ਭਨਿਓ ਤੇ ਕਹਿਣ ਲੱਗੇ ਵੀ ਇਹ ਜਿਹੜਾ ਹਾਥੀ ਹੈ ਨਾ ਸ਼ਰਾਬ ਦੇ ਵਿੱਚ ਰਜਿਆ ਹੋਇਆ ਬੜੇ ਵੱਡੇ ਵੱਡੇ ਫੁੰਕਾਰੇ ਮਾਰਦਾ ਹੈ ਫੂ ਫੂ ਕਰਦਾ ਹੈ ਨਾਲ ਚੀਕਾਂ ਵੀ ਮਾਰਦਾ ਹੈ ਇਹਦੀਆਂ ਚੀਕਾਂ ਦੂਰ ਦੂਰ ਤੱਕ ਸੁਣਾਈ ਦਿੰਦੀਆਂ ਇਸ ਤਰ੍ਹਾਂ ਹਾਥੀ ਜਿਹੜਾ ਹੈ ਉਹ ਪੂਰੀਆਂ ਝਗਿਆੜਾ ਮਾਰ ਰਿਹਾ ਹੈ ਸਤਿਗੁਰੂ ਬੈਠੇ ਤਹਲਕ ਸੁਨਿਓ ਸਤਿਗੁਰੂ ਬੈਠੇ ਸਨ ਅਨੰਦਪੁਰ ਸਾਹਿਬ ਹਾਥੀ ਜਿਹੜਾ ਹੈ ਉਹ ਲੋਗੜ ਦੇ ਕਿਲੇ ਤੋਂ ਵੀ ਪਿਛੇ ਹੈ ਪਰ ਕਹਿਣ ਲੱਗੇ ਹਾਥੀ ਇੰਨੀ ਉੱਚੀ ਆਵਾਜ਼ ਦੇ ਵਿੱਚ ਗਰਜਿਆ ਚੀਕਿਆ ਹੈ ਚੰਘਾਰਿਆ ਹੈ ਕਿ ਇਹਦੀ ਆਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੁਣਾਈ ਦਿੱਤੀ ਜਿੱਥੇ ਮਹਾਰਾਜ ਬੈਠੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਾਥੀ ਦੇ ਚੀਕਣ ਦੀ ਆਵਾਜ਼ ਉਥੋਂ ਤੱਕ ਮਹਾਰਾਜ ਨੂੰ ਸੁਣਾਈ ਦਿੱਤੀ ਹੈ ਸਭ ਸਿੰਘਨ ਤਬ ਅਰਜ਼ ਗੁਜ਼ਾਰੀ ਉਸ ਵੇਲੇ ਸਾਰਿਆਂ ਸਿੰਘਾਂ ਨੂੰ ਵੀ ਆਵਾਜ਼ ਸੁਣਾਈ ਦਿੱਤੀ ਹੈ ਤੇ ਸਾਰਿਆਂ ਨੇ ਮਿਲ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕੀਤੀ ਪ੍ਰਭ ਜੀ ਕੁੰਚਰ ਕੇਰ ਚਿੰਗਾਰੀ ਸਤਿਗੁਰੂ ਪਾਤਸ਼ਾਹ ਜੀ ਆ ਜਿਹੜੀ ਆਵਾਜ਼ ਆਈ ਹੈ ਤੁਸੀਂ ਸੁਣੀ ਹੈ ਇਹ ਉਸ ਹਾਥੀ ਦੀ ਆਵਾਜ਼ ਹੈ ਜਿਸ ਹਾਥੀ ਨੂੰ ਪਹਾੜੀਏ ਤੁਹਾਡਾ ਕਿਲਾ ਤੋੜਨ ਵਾਸਤੇ ਲੈ ਕੇ ਆਉਂਦੇ ਪਏ ਇਹ ਚਿੰਗਾਰਾ ਉਹ ਹਾਥੀ ਮਾਰਦਾ ਪਿਆ ਹੈ ਕਿਲਾ ਤੋੜਨ ਵਾਸਤੇ ਸਤਿਗੁਰੂ ਇਹ ਉਹਦੀ ਆਵਾਜ਼ ਹੈ ਸਾਨੂੰ ਤੇ ਸੁਣ ਗਈ ਹੈ ਕਿ ਇਹ ਤੁਹਾਨੂੰ ਵੀ ਆਵਾਜ਼ ਸੁਣੀ ਹੈ ਮਤ ਬਾਰਣੀ ਤੇ ਸੋਲਹੀ ਇੱਕ ਸਿੱਖ ਨੇ ਦੱਸਿਆ ਕਹਿਣ ਲੱਗੇ ਮਹਾਰਾਜ ਸਾਨੂੰ ਇਹ ਵੀ ਪਤਾ ਲੱਗਾ ਵੀ ਉਸ ਹਾਥੀ ਨੂੰ ਸ਼ਰਾਬ ਪਲਾਪਲਾ ਕੇ ਤੇ ਬੜਾ ਕਮਲਾ ਕਰ ਲਿਆ ਹੈ ਸ਼ਰਾਬ ਦੇ ਨਸ਼ੇ ਵਿੱਚ ਉਹ ਹਾਥੀ ਬੜਾ ਮਸਤ ਹੋਇਆ ਹੈ ਇਸ ਉਪਾਏ ਕਰਬਤ ਚਹੀਏ ਤੇ ਸਤਿਗੁਰੂ ਪਾਤਸ਼ਾਹ ਹੁਣ ਉਹਦਾ ਆਪਾਂ ਨੂੰ ਉਪਾਅ ਕਰਨਾ ਚਾਹੀਦਾ ਯਤਨ ਕਰਨਾ ਚਾਹੀਦਾ ਨਾ ਇਸ ਤੋਂ ਪਹਿਲਾਂ ਕਿ ਦੁਸ਼ਮਣਾਂ ਵਲਾ ਕਰੇ ਆਪਾਂ ਨੂੰ ਪਹਿਲਾਂ ਕੋਈ ਨਾ ਕੋਈ ਯਤਨ ਇਸ ਤਰ੍ਹਾਂ ਦਾ ਕਰੀਏ ਵੀ ਹਾਥੀ ਤੋਂ ਬਚਾਈਏ ਆਪਣੇ ਆਪ ਨੂੰ ਔਰ ਕਿਲਾ ਵੀ ਬਚਾ ਲਈਏ ਤੇ ਜੇ ਹਾਥੀ ਚੜ ਕੇ ਆ ਗਿਆ ਤੇ ਫਿਰ ਮਹਾਰਾਜ ਬਾਅਦ ਵਿੱਚ ਕੀ ਕਰਾਂਗੇ ਮਹਾਰਾਜ ਦੇ ਸੰਘਾਂ ਨੂੰ ਫਿਕਰ ਹੋ ਗਿਆ ਸਤਿਗੁਰੂ ਨੂੰ ਕਹਿਣ ਲੱਗੇ ਮਹਾਰਾਜ ਆਪ ਜੀ ਹਣ ਕੋਈ ਕਰੋ ਕਿਰਪਾ ਦੁਨੀ ਚੰਦ ਤੇ ਭੱਜ ਉਠਿਆ ਹੈ ਹਾਤੀ ਦਾ ਮੁਕਾਬਲਾ ਕਿਵੇਂ ਕਰਨਾ ਹੈ ਇਹ ਖਾਲਸਾ ਪੰਥ ਕਿਵੇਂ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਤੇ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਸਿੰਘਾਂ ਦੇ ਵਿੱਚੋਂ ਭਾਈ ਬਚਿੱਤਰ ਸਿੰਘ ਨੂੰ ਕਿਵੇਂ ਚੁਣਦੇ ਨੇ ਔਰ ਕਿਵੇਂ ਥਾਪੜਾ ਦਿੰਦੇ ਮਹਾਰਾਜ ਔਰ ਕਿਹੜੇ ਕਿਹੜੇ ਵਰ ਬਖਸ਼ਿਸ਼ ਕਰਦੇ ਇਤਿਹਾਸ ਆਪਾਂ ਕੱਲ ਦੇ ਦੀਵਾਨ ਵਿੱਚ ਫਿਰ ਅੱਗੇ ਸਰਵਨ ਕਰਾਂਗੇ ਸਮੇਂ ਦੀ ਸਮਾਪਤੀ ਭੁੱਲਾਂ ਦੀ ਮੁਆਫੀ ਲਿਖਿਆ ਕਤਹਿ ਨਾ ਛੂਟੀ ਐ ਬਖਸ਼ਣ ਹਾਰ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ